ਜ਼ਿਲ੍ਹਾ ਗੁਰਦਾਸਪੁਰ ਨਗਰ ਵਾਸੀਆਂ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਬੜੇ ਮੁਹੱਬਤ ਪਿਆਰ ਅਤੇ ਸਤਿਕਾਰ ਦੇ ਨਾਲ ਇਹ ਉਪਰਾਲਾ ਕਰਕੇ ਅਨੋਖੇ ਅਮਰ ਸ਼ਹੀਦ ਰੰਗਰੇਟੇ ਗੁਰੂ ਕੇ ਬੇਟੇ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਜੋ 2 ਸਤੰਬਰ ਨੂੰ ਸਾਡੀਆਂ ਬਹੁਤ ਹੀ ਗੁਰੂ ਦੀਆਂ ਲਾਡਲੀਆਂ ਫੌਜਾਂ ਵੱਲੋਂ ਪਟਨਾ ਸਾਹਿਬ ਵਿਖੇ ਮਨਾਇਆ ਗਿਆ ਸੀ ਅਤੇ ਅੱਜ ਸੰਗਤ ਨੇ ਉਪਰਾਲਾ ਕੀਤਾ ਹੈ। ਪਿੰਡ ਸਹਾਰੀ ਦੀ ਸੰਗਤ ਨੇ ਅਨੋਖੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਉਹਨਾਂ ਦਾ ਜਨਮ ਦਿਹਾੜੇ ਦਾ ਪਹਿਲਾ ਸਮਾਗਮ ਜੋ ਆਪਣੇ ਪਿੰਡ ਦੇ ਵਿੱਚ ਨਗਰ ਵਿੱਚ ਮਨਾ ਰਹੇ ਨੇ। ਅਰਦਾਸ ਆਪ ਜੀ ਦਾ ਬੱਚਾ ਜਿਸ ਨੂੰ ਆਪ ਜੀ ਦੇ ਜੋੜੇ ਝਾੜਨ ਦੀ ਸੰਗਤ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਮੇਰੇ ਬਾਰੇ ਆਪ ਜੀ ਨੂੰ ਭਾਈ ਸਾਹਿਬ ਭਾਈ ਨਵਜੋਤ ਸਿੰਘ ਜੀ ਨੇ ਦੱਸ ਦਿੱਤਾ ਹੈ ਕਿ ਬੜਾ ਮੌਕਾ ਮੈਨੂੰ ਮਿਲਿਆ ਰੰਗਰੇਟਾ ਕੌਮ ਦੀ ਸੇਵਾ ਕਰਨ ਦਾ। ਸਿਖਲਾਈ ਗਰੁੱਪ ਦੇ ਵਿੱਚ ਮੈਂ 30 ਸਾਲ ਦੀ ਸੇਵਾ ਕਰਕੇ ਆਇਆ ਹੈ ਔਰ ਜਿੱਥੋਂ ਤੱਕ ਵੀ ਮੇਰੇ ਕੋਲ ਹੋ ਸਕਿਆ ਅਤੇ ਮੈਂ ਆਪਣੀ ਕੌਮ ਦਾ ਇੱਕ ਇੱਕ ਪੰਨਾ ਅਤੇ ਇੱਕ ਇੱਕ ਅੱਖਰ ਦਾ ਇਤਿਹਾਸ ਆਪ ਜੀ ਨਾਲ ਸਾਂਝਾ ਕਰਨਾ ਹੈ ਕਿਉਂਕਿ ਮੈਂ ਸ਼ੁਰੂ ਤੋਂ ਹੀ ਕਰਦਾ ਆ ਰਿਹਾ। ਕੁਝ ਸਮਾਂ ਪਹਿਲਾਂ ਸਾਡੀਆਂ ਆਪਸ ਦੇ ਵਿੱਚ ਕੁਝ ਮੀਟਿੰਗਾਂ ਹੋਈਆਂ, ਮੈਂ ਹੱਥ ਜੋੜ ਕੇ ਬੇਨਤੀ ਕੀਤੀ। ਮਾਸਟਰ ਸੰਤੋਖ ਸਿੰਘ ਜੀ ਬੈਠੇ ਨੇ, ਬਹੁਤ ਸੂਝਵਾਨ ਭਾਈ ਨਵਜੋਤ ਸਿੰਘ ਜੀ, ਭਾਈ ਕੁਲਵੰਤ ਸਿੰਘ ਜੀ ਫੌਜੀ, ਕਿ ਅਸੀਂ ਉਪਰਾਲਾ ਕਰੀਏ ਕਿ ਆਪਣੀ ਇੱਕ ਰੰਗਰੇਟਾ ਜਾਗਰੂਕਤਾ ਸਮਾਗਮ ਜਿਹੜੇ ਕਰਵਾਉਣੇ ਸ਼ੁਰੂ ਕਰੀਏ। ਉਹਦੀ ਅੱਜ ਨੀਂਹ ਜਿਹੜੀ ਹੈ ਰੰਗਰੇਟਾ ਜਾਗਰੂਕਤਾ ਸਮਾਗਮ, ਉਹਦੀ ਅੱਜ ਨੀਂਹ ਜਿਹੜੀ ਹੈ ਰੱਖ ਦਿੱਤੀ ਗਈ ਹੈ ਔਰ ਮੈਂ ਆਸ ਕਰਦਾ ਕਿ ਇਹ ਜਿਹੜੀ ਨੀਂਹ ਰੱਖੀ ਹੈ ਜਦੋਂ ਦਸੰਬਰ ਦੇ ਵਿੱਚ ਅਨੋਖੇ ਅਤੇ ਅਮਰ ਸ਼ਹੀਦ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਦਾ ਅਸੀਂ ਸ਼ਹੀਦੀ ਗੁਰਪੁਰਬ ਬਣਾਵਾਂਗੇ ਅਤੇ ਹੋਰ ਵੀ ਉਪਲਬਧੀਆਂ ਨੂੰ ਪਹੁੰਚਾਂਗੇ। ਅਤੇ ਸਭ ਤੋਂ ਪਹਿਲਾਂ ਦਾਸ ਆਪ ਸੰਗਤਾਂ ਦੇ ਜੋੜੇ ਝਾੜਦਾ ਹੋਇਆ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਕੀਤੀ ਹੋਈ ਫਤਿਹ ਨੂੰ ਆਪਾਂ ਬੁਲੰਦ ਕਰੀਏ ਅਤੇ ਸਾਰੀਆਂ ਸੰਗਤਾਂ ਬੜੇ ਹੀ ਪਿਆਰ ਅਤੇ ਸਤਿਕਾਰ ਦੇ ਨਾਲ ਗੱਜ ਕੇ ਫਤਿਹ ਬੁਲਾਉਣੀ ਹੈ। ਜਿਹਦੀ ਰੱਗ ਵਿੱਚ ਫਤਿਹ, ਉਹਦੀ ਜੱਗ ਵਿੱਚ ਫਤਿਹ। ਅਤੇ ਆਓ ਫਿਰ ਫਤਿਹ ਦਾ ਜਵਾਬ ਫਤਿਹ ਵਿੱਚ ਦੇਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ 3 ਚੀਜ਼ਾਂ 'ਤੇ ਵਿਚਾਰ ਕਰਨੀ ਹੈ। ਰੰਗਰੇਟਾ ਗੁਰੂ ਕਾ ਬੇਟਾ, ਔਰ ਇਹ ਜੋ ਕੌਮ ਹੈ, ਕੋਈ ਕਿਸੇ ਨੂੰ ਜਾਤ ਦਾ ਖਿਤਾਬ ਮਿਲਿਆ ਹੋਵੇਗਾ ਕਿ ਇਹ ਘੁਮਿਆਰ ਭਾਂਡੇ ਬਣਾਉਂਦਾ, ਉਹ ਭਾਂਡੇ ਬਣਾਉਣ ਕਰਕੇ ਘੁਮਿਆਰ ਹੈ, ਸੁਨਿਆਰਾ ਸੋਨੇ ਦਾ ਕੰਮ ਕਰਦਾ, ਉਹ ਸੁਨਿਆਰ ਹੈ, ਲੁਹਾਰ ਰੋਹੇ ਲੋਹੇ ਦਾ ਕੰਮ ਕਰਦਾ, ਉਹ ਲੁਹਾਰ ਹੈ, ਚਮੜੇ ਦਾ ਕੰਮ ਕਰਦਾ, ਉਹ ਚਮਾਰ ਹੈ। ਪਰ ਮੈਂ ਇੱਕ ਗੱਲ ਦੱਸ ਦੇਵਾਂ,
ਕਿ ਜਿਹੜੀ ਮਜ਼ਬਹੀ ਸਿੱਖ ਕੌਮ ਹੈ ਇਹ ਇੱਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਵੱਲੋਂ ਦਿੱਤਾ ਹੋਇਆ ਖਿਤਾਬ ਤੇ ਖਿਤਾਬੀ ਕੌਮ ਹੈ, ਨਾ ਕਿ ਇਹ ਕੋਈ ਜਾਤ ਦਾ ਨਾਂ ਆ। ਇਹ ਖਿਤਾਬ ਕਿਸ ਤਰ੍ਹਾਂ ਮਿਲੇ ਨੇ? ਜਦੋਂ ਪੰਜਾਬੀ 'ਚ ਲਿਖਦੇ ਆ ਮੰਮਾ ਜੱਜਾ ਹਾਹਾ ਬੱਬਾ ਤੇ ਬੱਬੇ ਨੂੰ ਬਿਹਾਰੀ ਤੇ ਬਣਦਾ ਮਜ਼ਹਬੀ, ਅਸੀਂ ਗੱਲ ਕਰ ਦਿੰਦੇ ਹਾਂ, ਸਾਡੇ ਬਜ਼ੁਰਗ ਗੱਲ ਕਰ ਦਿੰਦੇ ਹੈ, ਸਾਡੇ ਵੱਡੇ ਗੱਲ ਕਰ ਦਿੰਦੇ, ਬੰਦੇ ਨਾਲ ਗੱਲ ਕੀ ਕਰਨੀ ਹੈ? ਇਹਦਾ ਕੋਈ ਦੀਨ ਨਹੀਂ, ਇਹਦਾ ਕੋਈ ਮਜ਼ਹਬ ਨਹੀਂ, ਇਹਦੇ 'ਚ ਜਜ਼ਬਾ ਨਹੀਂ, ਇਹਦੇ 'ਚ ਜਮਾਤ ਨਹੀਂ, ਇਹਦੇ 'ਚ ਜ਼ਮੀਰ ਨਹੀਂ। ਉਹ ਇਹ ਕੋਈ ਬੰਦਾ ਨਹੀਂ ਜਿਹੜਾ ਮਜ਼ਹਬ ਤੇ ਪੱਕਾ ਰਹਿਣ ਵਾਲਾ ਤੇ ਦੇਸ਼ ਤੇ ਕੌਮ ਦੀ ਖਾਤਰ ਆਪਣੇ ਆਪ ਨੂੰ ਕੁਰਬਾਨ ਕਰਦਾ, ਉਹਨੂੰ ਖਿਤਾਬੀ ਕੌਮ ਦਾ ਖਿਤਾਬ ਦਿੱਤਾ ਗੁਰੂ ਗੋਬਿੰਦ ਸਿੰਘ ਨੇ ਮਜ਼ਹਬੀ ਸਿੱਖ ਦਾ। ਇਹ ਮਿਲਿਆ ਕਦੋਂ? ਇਹ ਸਾਰੀਆਂ ਗੱਲਾਂ ਜਿਹੜੀਆਂ ਮੈਂ ਆਪ ਜੀ ਨਾਲ ਸਾਂਝੀਆਂ ਕਰਨੀਆਂ, ਜਦੋਂ ਮੈਨੂੰ ਹੁਕਮ ਮਿਲਿਆ ਪ੍ਰਬੰਧਕਾਂ ਵੱਲੋਂ ਮੈਂ ਉਦੋਂ ਹੀ ਸਮਾਪਤੀ ਕਰ ਦੇਣੀ ਹੈ। ਪਰ ਇਹ ਜਿਹੜੇ ਵਿਚਾਰ ਨੇ ਇਹ ਪਿੰਡ ਪਿੰਡ ਦੇ ਵਿੱਚ ਆਪਾਂ ਨੇ ਰੰਗਰੇਟਾ ਜਾਗਰੂਕਤਾ ਸਮਾਗਮ ਦੇ ਤੌਰ ਤੇ ਮਨਾਉਣੇ ਹੈ। ਮੈਂ ਸੰਗਤਾਂ ਨੂੰ ਜੋੜੇ ਝਾੜਨ ਲਈ ਕਹਿ ਦਿੱਤਾ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਕਿਤੇ ਵੀ ਪ੍ਰੋਗਰਾਮ ਜਾਂ ਸਮਾਗਮ ਹੁੰਦਾ ਤਾਂ ਦਾਸ ਹਰ ਪਿੰਡ ਹਰ ਸ਼ਹਿਰ ਹਰ ਕਸਬੇ ਦੇ ਵਿੱਚ ਹਾਜ਼ਰ ਹੈ। ਜਦੋਂ ਮੈਨੂੰ ਯਾਦ ਕਰੋਗੇ ਮੈਂ ਨਿਸਕਾਮ ਸੇਵਾ ਦੇ ਤੌਰ ਤੇ ਸੇਵਾ ਕਰਨੀ ਹੈ। ਮੈਂ ਅੱਜ ਜੀਵਨੀ ਸ਼ੁਰੂ ਕਰਨੀ ਹੈ ਅਨੋਖੇ ਤੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਦੀ। ਸਾਡੇ ਬੱਚਿਆਂ ਨੂੰ ਪਤਾ ਹੀ ਨਹੀਂ, ਕਹਿਣ ਵਾਲਿਆਂ ਨੇ ਕਹਿ ਦਿੱਤਾ ਇਹ ਤਾਂ ਇੱਕ ਸੀਸ ਹੀ ਲੈ ਕੇ ਆਏ ਆ, ਉਦੋਂ ਬਾਅਦ ਇਹਨਾਂ ਨੂੰ ਖਿਤਾਬ ਮਿਲਿਆ। ਪਰ ਨਹੀਂ, ਸਾਨੂੰ ਪਤਾ ਹੋਣਾ ਚਾਹੀਦਾ ਕਿ ਬਾਬਾ ਜੀਵਨ ਸਿੰਘ ਭਾਈ ਜੈਤਾ ਜੀ ਉਹਨਾਂ ਦੇ ਪਿਤਾ ਦਾ ਨਾਂ ਸੀ ਸਦਾਨੰਦ, ਮਾਤਾ ਦਾ ਨਾਂ ਸੀ ਪ੍ਰੇਮੋ, ਦਾਦੇ ਦਾ ਨਾਂ ਸੀ ਸੁਖ ਭਾਣ ਜਸ ਭਾਣ ਪੜਦਾਦਾ ਤੇ ਭਾਈ ਕਲਿਆਣ ਦਾਸ ਜੀ ਭਾਈ ਕਲਿਆਣਾ ਜੀ ਨਗੜ ਦਾਦਾ। ਜੇ ਅਸੀਂ ਗੱਲ ਕਰੀਏ ਜਾਂ ਸੁਣਦੇ ਹਾਂ ਲੋਕਾਂ ਤੋਂ ਕਿ ਨਹੀਂ ਬਾਬਾ ਜੀਵਨ ਸਿੰਘ ਜੀ ਭਾਈ ਜੈਤਾ ਜੀ ਤਾਂ ਸਿਰਫ ਤੇ ਸਿਰਫ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਤੁਰੇ ਹੈ, ਇਹ ਗੱਲ ਬਿਲਕੁਲ ਗਲਤ ਹੈ। ਕਿਉਂਕਿ ਬਾਬਾ ਜੀਵਨ ਸਿੰਘ ਜੀ ਦਾ ਭਾਈ ਜੈਤਾ ਜੀ ਦਾ ਪਰਿਵਾਰ, ਸਾਡੇ ਵੱਡ ਵਡੇਰਿਆਂ ਦਾ ਪਰਿਵਾਰ ਇਹ ਗੁਰੂ ਨਾਨਕ ਪਾਤਸ਼ਾਹ ਤੋਂ ਹੀ ਜੁੜਿਆ ਆ ਰਿਹਾ। ਗੁਰੂ ਨਾਨਕ ਪਾਤਸ਼ਾਹ ਜੀ ਨੇ ਬੂੜੇ ਤੋਂ ਬੁੜਾ ਬਣਾ ਦਿੱਤਾ, ਹਰ ਗੱਲ ਦੇ ਵਿੱਚ ਪੜਦਾ ਰੱਖਿਆ ਗਿਆ, ਹਰ ਗੱਲ ਦੇ ਵਿੱਚ ਇਤਿਹਾਸ ਨੂੰ ਲੁਕੋਇਆ ਗਿਆ। ਹੁਣ ਬਾਬੇ ਬੁੱਢਾ ਸਾਹਿਬ ਜੀ ਨੂੰ ਕੌਣ ਕਹਿੰਦਾ? ਜਦੋਂ ਸਾਨੂੰ ਅੱਜ ਜਾਗਰੂਕਤਾ ਆਈ, ਸਾਨੂੰ ਸੋਝੀ ਆਈ, ਅਸੀਂ ਪੜ੍ਹਿਆ, ਅਸੀਂ ਸਮਝਿਆ ਤੇ ਸਾਨੂੰ ਪਤਾ ਲੱਗਿਆ ਕਿ ਤਨ ਤਨ ਬਾਬਾ ਬੁੱਢਾ ਸਾਹਿਬ ਜੀ ਵੀ ਰੰਗਰੇਟਾ ਸਿੱਖ ਨੇ। ਮੈਂ ਸਾਰਿਆਂ ਦੀ ਵਿਚਾਰ ਕਰੂੰਗਾ, ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੱਕ ਆਪਣਾ ਫਰਜ਼ ਨਿਭਾਉਣ ਵਾਲੀ ਇਹ ਕੌਮ, ਇਹ ਰੰਗਰੇਟਾ ਕੌਮ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਖਿਤਾਬੀ ਕੌਮ ਕਿਹਾ, ਮਜ਼ਹਬ ਤੇ ਪੱਕੇ ਤੇ ਕੌਮ ਦੀ ਖਾਤਰ ਮਰਨ ਵਾਲੀ ਇਹ ਕੌਮ, ਉਹਨਾਂ ਦੇ ਖਿਤਾਬ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤੇ ਹੈ। ਇੱਥੇ ਜਦੋਂ ਭਾਈ ਸਦਾ ਆਨੰਦ ਜੀ ਦੀ ਸਾਦੀ ਬੀਬੀ ਪ੍ਰੇਮੋ ਦੇ ਨਾਲ ਹੋਈ ਹੈ,
ਤੇ ਸਾਡੇ ਬੱਚਿਆਂ ਨੂੰ ਨਹੀਂ ਪਤਾ, ਸਾਨੂੰ ਨਹੀਂ ਪਤਾ ਵੀ ਇਹ ਸਾਦੀ ਹੋਈ ਕਿਸ ਤਰ੍ਹਾਂ, ਕਿਉਂ ਕੀਤੀ ਗਈ ਹੈ। ਖਜ਼ਾਨੇ ਖੱਤਰੀ ਦੀ ਕੁੜੀ, ਅਲੀਗੜ੍ਹ ਰਹਿਣ ਵਾਲੀ, ਖਜ਼ਾਨੇ ਖੱਤਰੀ ਦਾ ਘਰ ਪੈਂਦਾ ਸੀ ਅਲੀਗੜ੍ਹ ਯੂਪੀ ਦੇ ਵਿੱਚ। ਖਜ਼ਾਨੇ ਖੱਤਰੀ ਦੀ ਕੁੜੀ ਬੀਬੀ ਪ੍ਰੇਮੋ ਤੇ ਵਿਚੋਲਗਿਰੀ ਕਰਨ ਵਾਲੇ ਤੇ ਰਿਸ਼ਤਾ ਕਰਾਉਣ ਵਾਲੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ, ਜਿਨ੍ਹਾਂ ਨੇ ਆਪ ਰਿਸ਼ਤਾ ਕਰਾ ਕੇ ਆਪ ਸਦਾਨੰਦ ਦੀ ਸਾਦੀ ਕਰਵਾਈ ਹੈ। ਕਿਉਂ? ਕਿਉਂਕਿ ਪਤਾ ਸੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਕਿ ਮੈਨੂੰ 26-27 ਸਾਲ ਦੇ ਲਗਭਗ ਬਾਬਾ ਬਕਾਲਾ ਵਿਖੇ ਭਗਤੀ ਤੇ ਟਾਈਮ ਲੱਗ ਜਾਣਾ। ਜੋ ਸਾਡੇ ਕੋਲ ਬਾਲ ਹੋਣਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ, ਉਹਨਾਂ ਦਾ ਨੂਰ ਨਹੀਂ ਝੱਲਿਆ ਜਾਣਾ, ਉਹਨਾਂ ਦਾ ਪ੍ਰਤਾਪ ਨਹੀਂ ਝੱਲਿਆ ਜਾਣਾ, ਤੇ ਮਾਤਾ ਗੁਜਰ ਕੌਰ ਜੀ ਇਕੱਲੀ ਬੈਠੀ ਰਹੇਗੀ, ਮਾਤਾ ਗੁਜਰ ਕੌਰ ਜੀ ਇਕੱਲੀ ਰਹੇਗੀ। ਇਹ ਸਾਰੇ ਵਿਚਾਰਾਂ ਨੂੰ ਦੁਹਰਾਉਂਦੇ ਹੋਏ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਕਿਹਾ, ਕਹਿਣ ਲੱਗੇ ਸਦਾਨੰਦ ਜੀ, ਮਾਤਾ ਗੁਜਰ ਕੌਰ ਜੀ ਨੇ ਇਕੱਲੀ ਰਹਿ ਜਾਣਾ, ਅਸੀਂ ਬਾਬਾ ਬਕਾਲਾ ਵਿਖੇ ਭੋਰੇ 'ਚ ਬੰਦਗੀ ਕਰਨੀ ਹੈ। ਇਸ ਕਰਕੇ ਉਹਨਾਂ ਨੇ ਸ਼ਾਦੀ ਕਰਕੇ ਤੇ ਮਾਤਾ ਪ੍ਰੇਮੋ ਦੀ ਸਦਾਨੰਦ ਦੇ ਨਾਲ ਬਾਬਾ ਬਕਾਲਾ ਵਿਖੇ ਆਪ ਭੋਰੇ ਵਿੱਚ ਬੈਠ ਗਏ ਸੀ। ਅਸੀਂ ਸਾਰੇ ਭਲੀ ਭਾਂਤ ਜਾਣਦੇ ਹਾਂ, ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਕਿੰਨੇ ਸਾਲ ਮਹਾਰਾਜ ਜੀ ਨੇ ਉੱਥੇ ਤਪੱਸਿਆ ਕੀਤੀ ਹੈ। ਦਿਲ ਲੱਗਾ ਰਿਹਾ ਉਹਨਾਂ ਦਾ, ਆਪਣੀ ਧੀ ਬਣਾ ਕੇ ਰੱਖਿਆ, ਆਪਸ ਵਿੱਚ ਗੱਲਾਂ ਕਰਦੀਆਂ ਮਾਤਾ ਗੁਜਰ ਕੌਰ ਤੇ ਮਾਤਾ ਪ੍ਰੇਮੋ ਜੀ। ਜਨਮ ਲਿਆ ਘਰ ਦੇ ਵਿੱਚ ਭਾਈ ਜੈਤਾ ਜੀ ਨੇ, ਖੁਸ਼ੀਆਂ ਹੋਈਆਂ। ਇੱਥੇ ਗੱਲ ਦਾ ਪਤਾ ਵੀ ਹੋਣਾ ਚਾਹੀਦਾ ਵੀ ਲਗਭਗ ਬਹੁਤ ਵੱਡੇ ਸੀ ਭਾਈ ਜੈਤਾ ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੋਂ, ਇੰਨਾ ਪ੍ਰੇਮ ਕਰਦੇ ਸੀ ਮਾਤਾ ਪ੍ਰੇਮੋ ਦੇ ਨਾਲ, ਜਿੰਨਾ ਪ੍ਰੇਮ ਅਸੀਂ ਆਪਣੇ ਪਰਿਵਾਰ ਨਾਲ ਕਰਦੇ ਓਨਾ ਹੀ ਪ੍ਰੇਮ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਪਿਤਾ ਜੀ ਗੁਰੂ ਤੇਗ ਬਹਾਦਰ ਪਾਤਸ਼ਾਹ ਤੇ ਮਾਤਾ ਗੁਜਰ ਕੌਰ ਜੀ ਕਰਦੇ ਸੀ। ਇਤਿਹਾਸਾਂ ਦੇ ਵੱਲ ਚੱਲੀਏ, ਇੱਕ ਹੀ ਗੱਲ ਦਾ ਦਿਖਦਾ ਨਿਸ਼ਾਨਾ, ਸੀਸ ਲੈ ਕੇ ਆਏ ਬਸ ਇੰਨਾ ਹੀ ਪਤਾ ਚੱਲਦਾ, ਪਰ ਨਹੀਂ। ਜਦੋਂ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਿਆ ਉਸ ਵੇਲੇ ਹਿੰਦੂਆਂ ਨੇ ਆਟੇ ਦੀਆਂ ਗਊਆਂ ਬਣਾ ਕੇ ਕਸਮਾਂ ਖਾਧੀਆਂ, ਮੁਸਲਮਾਨਾਂ ਨੇ ਕੁਰਾਨ ਦੀਆਂ ਕਸਮਾਂ ਖਾਧੀਆਂ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਸੀਂ ਕਿਲ੍ਹਾ ਛੱਡ ਜਾਓ, ਅਸੀਂ ਕੁਛ ਨਹੀਂ ਕਰਾਂਗੇ, ਕੁਛ ਨਹੀਂ ਹੋਵੇਗਾ। ਇਹ ਸਾਰੀਆਂ ਗੱਲਾਂ ਕਹੀਆਂ, ਪਰ ਉਹ ਇਹਨਾਂ ਗੱਲਾਂ ਤੋਂ ਮੁੱਕਰ ਗਏ, ਇਹਨਾਂ ਗੱਲਾਂ ਤੋਂ ਥੜਕ ਗਏ। ਪਰ ਇਹ ਜੋ ਆਨੰਦਪੁਰ ਸਾਹਿਬ ਦੇ ਕਿਲ੍ਹੇ ਦਾ ਹਵਾਲਾ ਹੈ, ਇਹ ਹਵਾਲਾ ਮੈਂ ਆਪ ਜੀ ਨਾਲ ਸਾਂਝ ਪਾਉਂਦਾ ਹੈ। ਸਭ ਤੋਂ ਪਹਿਲਾਂ ਮੈਂ ਸਾਂਝ ਪਾਵਾਂ ਕਿ ਰੰਗਰੇਟੇ ਗੁਰੂ ਕੇ ਬੇਟੇ ਦਾ ਖਿਤਾਬ ਜਿਹੜਾ ਉਹ ਕਿਸ ਤਰ੍ਹਾਂ ਮਿਲਿਆ। ਇਸ ਵਿਸ਼ੇ 'ਤੇ ਮੈਂ ਗੱਲ ਕਰਨੀ ਹੈ, ਅੱਜ ਦਾ ਮੇਰਾ ਕੰਸੈਪਟ ਇਹਦੇ 'ਤੇ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਛੋਟੀ ਉਮਰ ਦੇ ਸਨ, ਪਰ ਭਾਈ ਜੈਤਾ ਜੀ ਵੱਡੀ ਉਮਰ ਦੇ ਸਨ। ਇੱਧਰ ਕਸ਼ਮੀਰੀ ਪੰਡਿਤ ਕਿਰਪਾ ਰਾਮ ਵਰਗੇ ਹੱਥ ਜੋੜ ਕੇ ਗਲ ਵਿੱਚ ਪੱਲਾ ਪਾ ਕੇ ਕਹਿਣ ਲੱਗੇ, ਮਹਾਰਾਜ ਸੱਚੇ ਪਾਤਸ਼ਾਹ ਜੀ, ਇਹ ਜਿਹੜਾ ਔਰੰਗਜ਼ੇਬ ਬਾਦਸ਼ਾਹ ਹੈ,
ਇਹ ਸਾਡੇ ਧਰਮ ਤੇ ਅਤਿਆਚਾਰ ਕਰਦਾ ਹੈ, ਇਹ ਹਿੰਦੂਆਂ ਤੋਂ ਮੁਸਲਮਾਨ ਬਣਾਉਂਦਾ ਜਾ ਰਿਹਾ। ਇਤਿਹਾਸ ਵਿੱਚ ਸਾਰਿਆਂ ਨੇ ਪੜ੍ਹਿਆ ਕਿ ਸਵਾ ਮਣ ਜਨੇਊ ਲਾ ਕੇ ਫਿਰ ਔਰੰਗਜ਼ੇਬ ਰੋਟੀ ਖਾਂਦਾ ਸੀ। ਨੋਟ ਕਰਿਓ, ਇੱਕ ਜਨੇਊ ਦਾ ਭਾਰ ਲਗਭਗ 5 ਤੇ 7 ਗ੍ਰਾਮ ਹੁੰਦਾ ਹੈ। ਸਾਡੇ ਵੱਡਿਆਂ ਨੂੰ ਪਤਾ ਹੈ ਕਿ ਸਵਾ ਮਣ ਜਨੇਊ ਕਦੋਂ ਦਾ ਕਿੰਨਾ ਹੁੰਦਾ ਹੈ। 16 ਕਿਲੋ ਦਾ ਕੱਚਾ ਮਣ ਹੁੰਦਾ ਹੈ, 20 ਕਿਲੋ ਜਨੇਊਆਂ ਦਾ ਭਾਰ ਕਰਕੇ ਇੰਨਿਆਂ ਨੂੰ ਹਿੰਦੂਆਂ ਤੋਂ ਮੁਸਲਮਾਨ ਬਣਾ ਕੇ ਫਿਰ ਰੋਟੀ ਖਾਂਦਾ ਸੀ ਔਰੰਗਜ਼ੇਬ। ਜਦੋਂ ਇਸ ਤਰ੍ਹਾਂ ਦਾ ਮੌਕਾ ਵੇਖਿਆ, ਇਸ ਤਰ੍ਹਾਂ ਦਾ ਹਿਸਾਬ ਕਿਤਾਬ ਵੇਖਿਆ, ਔਰੰਗਜ਼ੇਬ ਬਾਦਸ਼ਾਹ ਦਾ ਗਲ ਵਿੱਚ ਪੱਲਾ ਪਾ ਕੇ ਪੰਡਿਤ ਕਿਰਪਾ ਰਾਮ ਤੇ ਕਸ਼ਮੀਰੀ ਪੰਡਿਤ ਰਲ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਕੋਲ ਪਹੁੰਚ ਗਏ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਕੋਲ ਪਹੁੰਚ ਗਏ, ਮਾਤਾ ਗੁਜਰ ਕੌਰ ਜੀ ਦੇ ਕੋਲ ਪਹੁੰਚ ਗਏ। ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿਣ ਲੱਗੇ, ਦੱਸੋ ਕੀ ਗੱਲ ਹੈ ਪੰਡਿਤ ਜੀ, ਅੱਜ ਕੀ ਗੱਲ ਹੈ? ਕਹਿੰਦੇ, ਮਹਾਰਾਜ ਜੀ, ਸਾਡਾ ਤੇ ਧਰਮ ਹੀ ਖਤਮ ਕਰਦੇ ਲੱਗਾ ਔਰੰਗਜ਼ੇਬ। ਉਹਨੇ ਸ਼ਰਤ ਰੱਖੀ ਹੈ ਕਿ ਜੇਕਰ ਤੁਹਾਡਾ ਗੁਰੂ ਇਸਲਾਮ ਕਬੂਲ ਕਰ ਲੈਂਦਾ ਤੇ ਤੁਹਾਡੇ ਧਰਮ ਨੂੰ ਬਖਸ਼ਿਆ ਜਾਵੇਗਾ, ਜੇ ਤੁਹਾਡਾ ਗੁਰੂ ਸਾਡੀਆਂ ਈਨਾਂ ਮੰਨ ਲੈਂਦਾ ਤੇ ਤੁਹਾਡਾ ਧਰਮ ਬਖਸ਼ਿਆ ਜਾਵੇਗਾ, ਨਹੀਂ ਤੇ ਨਹੀਂ ਬਖਸ਼ਿਆ ਜਾਵੇਗਾ। ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿਣ ਲੱਗੇ, ਦੱਸੋ ਪੰਡਿਤ ਜੀ, ਕਿਰਪਾ ਰਾਮ ਜੀ, ਕੀ ਗੱਲ ਹੈ? ਉਹ ਕਹਿੰਦੇ ਵੀ ਜੇਕਰ ਤੁਹਾਡਾ ਗੁਰੂ ਈਨ ਮੰਨਦਾ ਤੇ ਤਾਂ ਬਖਸ਼ਿਆ ਜਾਵੇਗਾ, ਤੇ ਜੇਕਰ ਤੁਹਾਡਾ ਗੁਰੂ ਜਿੰਦਾ ਆਪਣੀ ਗਰਦਨ ਕਟਾਉਂਦਾ ਸ਼ਹੀਦੀ ਦਿੰਦਾ ਹੈ ਤੇ ਤਾਂ ਬਖਸ਼ਿਆ ਜਾਵੇਗਾ। ਇਹ 2 ਸ਼ਰਤਾਂ ਜਿਹੜੀਆਂ ਰੱਖ ਦਿੱਤੀਆਂ ਨੇ ਸਾਡੇ ਅੱਗੇ ਔਰੰਗਜ਼ੇਬ ਨੇ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਹਿਣ ਲੱਗੇ, ਕੋਈ ਗੱਲ ਨਹੀਂ, ਇਹ ਕਿਹੜੀ ਗੱਲ ਹੈ? ਜਦੋਂ ਵੇਖਿਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਵੱਲ ਤੇ ਲਗਭਗ 9 ਸਾਲ ਦੀ ਉਮਰ ਸੀ, ਮਾਤਾ ਗੁਜਰ ਕੌਰ ਜੀ ਬੈਠੇ ਸਨ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਹੱਸ ਕੇ ਕਹਿਣ ਲੱਗੇ, ਪਿਤਾ ਜੀ, ਤੁਹਾਡੇ ਤੋਂ ਬਿਨਾਂ ਇਹ ਕੌਣ ਸੀਸ ਦੇ ਸਕਦਾ, ਤੁਹਾਡੇ ਤੋਂ ਬਿਨਾਂ ਇਹ ਡੁੱਬਦਾ ਹੋਇਆ ਹਿੰਦੂ ਧਰਮ ਕੌਣ ਬਚਾ ਸਕਦਾ ਹੈ? ਜਾਓ ਤੁਸੀਂ ਦਿਓ ਕੁਰਬਾਨੀ ਦਿੱਲੀ ਦੇ ਵਿੱਚ ਜਾ ਕੇ, ਔਰੰਗਜ਼ੇਬ ਦੇ ਦੰਦ ਖੱਟੇ ਕਰਨੇ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਨਾਲ 5 ਸਿੱਖ, ਉਹ ਸਾਨੂੰ ਸਾਰਿਆਂ ਨੂੰ ਪਤਾ ਹੈ, ਭਾਈ ਦਿਆਲਾ ਜੀ, ਭਾਈ ਮਤੀਦਾਸ, ਭਾਈ ਸਤੀਦਾਸ, ਇਹ ਸਿੰਘ ਗੁਰੂ ਜੀ ਦੇ ਨਾਲ ਚਾਲੇ ਪਾ ਗਏ ਨੇ ਦਿੱਲੀ ਦੇ ਵਿੱਚ। ਪਰ ਉਧਰ ਅਨੋਖੇ ਤੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ, ਭਾਈ ਜੈਤਾ ਜੀ, ਉਹਨਾਂ ਦੀ ਡਿਊਟੀ ਲਾ ਦਿੱਤੀ ਸੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ, ਬੇਟਾ ਜੀ, ਪੁੱਤਰ ਜੀ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਅਜੇ ਬਾਲ ਅਵਸਥਾ ਹੈ, ਮੈਂ ਆਪ ਜੀ ਦੀ ਡਿਊਟੀ ਲਾਉਂਦਾ, ਮੈਂ ਆਪ ਜੀ ਨੂੰ ਸੇਵਾ ਲਾਉਂਦਾ ਕਿ ਤੁਸੀਂ ਇਹ ਮੇਰਾ ਜਿਹੜਾ ਸੀਸ ਹੈ ਨਾ ਪੈਰਾਂ ਦੇ ਵਿੱਚ ਨਹੀਂ ਰੁਲਣ ਦੇਣਾ, ਇਹ ਮੇਰਾ ਸੀਸ ਦਿੱਲੀ ਤੋਂ ਚੱਕ ਕੇ ਤੁਸੀਂ ਆਨੰਦਪੁਰ ਸਾਹਿਬ ਪਹੁੰਚਾਉਣਾ। ਹੁਣ ਕਿਹੇ ਗੱਲ ਦੀ ਡਿਊਟੀ ਲੱਗੀ ਹੋਵੇ, ਜਰਾ ਬਿਰਤੀਆਂ ਇਕਾਗਰ ਕਰਿਓ ਤੇ ਧਿਆਨ ਦਿਓ। ਮੈਂ ਹਰ ਕਥਾ ਵਿੱਚ ਕਹਿੰਦਾ ਕਿ ਭੈਣਾਂ ਦਾ ਬਹੁਤ ਯੋਗਦਾਨ ਹੁੰਦਾ ਹੈ, ਕਿਉਂਕਿ ਬੱਚੇ ਨੂੰ ਹਰ ਸੰਸਕਾਰ ਦੇਣਾ, ਬੱਚੇ ਨੂੰ ਹਰ ਚੀਜ਼ ਸਮਝਾਉਣੀ,
ਹਰ ਚੀਜ਼ ਦੇ ਵੱਲ ਤੋਰਨਾ, ਚਾਹੇ ਉਹ ਚੰਗੀ ਤੇ ਚਾਹੇ ਮਾੜੀ, ਉਹ ਸਾਰਾ ਬੀਬੀਆਂ ਦਾ ਕੰਮ ਹੈ। ਇਹ ਜਿਹੜੀ ਡਿਊਟੀ ਹੈ ਲਾ ਦਿੱਤੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸੀਸ ਲਿਆਉਣ ਦੀ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਭਾਈ ਜੈਤਾ ਜੀ ਦੀ। ਹੁਣ ਮਨ ਵਿੱਚ ਆਉਂਦਾ ਹੈ ਵੀ ਔਰੰਗਜ਼ੇਬ ਜਿਹੜਾ ਹੈ ਉਹ ਤੇ ਬੜਾ ਨਿਰਦਈ ਤੇ ਜ਼ਾਲਮ ਹੈ, ਤੇ ਇਹ ਸੀਸ ਲਿਆਂਦਾ ਕਿੱਦਾਂ ਜਾਵੇ। ਜਿੱਦਾਂ ਮੇਰੇ ਵੀਰ ਨਵਜੋਤ ਜੀ ਨੇ ਥੋੜਾ ਜਿਹਾ ਇਸ਼ਾਰਾ ਦਿੱਤਾ ਕਿ ਪਹਿਲੀ ਸ਼ਹਾਦਤ ਜੇ ਪਰਿਵਾਰ ਚੋਂ ਹੋਈ ਹੈ ਉਹ ਸਦਾਨੰਦ ਦੀ ਹੋਈ ਹੈ, ਬਾਬਾ ਜੈਤਾ ਜੀ ਦੇ ਬਾਪ ਦੀ ਹੋਈ ਹੈ। ਪਰ ਮੈਂ ਥੋੜਾ ਜਿਹਾ ਦੱਸ ਦਵਾਂ ਜਰਾ ਗਹਿਰਾਈ ਦੇ ਵਿੱਚ ਵੀ ਇਹ ਡਿਊਟੀ ਤੇ ਲੱਗ ਗਈ ਹਿਸਾਬ ਨਾਲ, ਲੱਖਾਂ ਦੇ ਹਿਸਾਬ ਨਾਲ ਦੁਨੀਆ, ਪਰ ਇਹ ਦੱਸੋ ਵੀ ਉਹ ਸੀਸ ਜਿਹੜਾ ਚੁੱਕਣਾ ਕਿਤੇ ਸੌਖੀ ਜੀ ਗੱਲ ਸੀ, ਕੋਈ ਛੋਟੀ ਜੀ ਗੱਲ ਸੀ, ਬਹੁਤ ਵੱਡੀ ਗੱਲ ਸੀ। ਕਿਸੇ ਨੇ ਕਹਿਤਾ ਹਨੇਰੀ ਆ ਗਈ, ਬਾਬਾ ਜੈਤਾ ਜੀ ਦੀ ਝੋਲੀ ਚ ਪੈ ਗਿਆ। ਕਿਸੇ ਨੇ ਕਹਿਤਾ ਜੀ ਉਹ ਚਮਤਕਾਰ ਹੋਇਆ, ਅੱਖਾਂ ਤੋਂ ਅੰਨੇ ਹੋ ਗਏ ਲੋਕ, ਮਨ ਘੜਤ ਗੱਲਾਂ ਕਰਦੇ ਜਾ ਰਹੇ ਨੇ, ਸਾਨੂੰ ਗਲਤ ਗੱਲਾਂ ਦੱਸਦੇ ਜਾ ਰਹੇ ਨੇ, ਸਾਡੇ ਬੱਚਿਆਂ ਨੂੰ ਗਲਤ ਗੱਲਾਂ ਦੱਸਦੇ ਜਾ ਰਹੇ ਨੇ, ਗਲਤ ਇਤਿਹਾਸ ਦੱਸਦੇ ਜਾ ਰਹੇ ਨੇ। ਪਰ ਜਦੋਂ ਜਾਗਰੂਕਤਾ ਆਈ ਨਾ ਸਾਡੇ ਵਿੱਚ, ਅਸੀਂ ਇਹਨਾਂ ਚੀਜ਼ਾਂ ਨੂੰ ਪੜ੍ਹਿਆ, ਇਹ ਆਪ ਜੀ ਦੇ ਸਾਹਮਣੇ ਸਭ ਜਾਗਰੂਕਤਾ ਦੀਆਂ ਨਿਸ਼ਾਨੀਆਂ ਨੇ, ਇਹ ਉਪਰਾਲੇ ਚੱਲ ਰਹੇ ਨੇ। ਲਗਭਗ ਮੈਨੂੰ ਆਏ ਨੂੰ ਰਿਟਾਇਰਮੈਂਟ ਤੋਂ 4-5 ਮਹੀਨੇ ਹੋ ਗਏ ਹੈ, ਅਸੀਂ ਇੱਕ ਰੰਗਰੇਟਾ ਜਾਗਰੂਕਤਾ ਸਮਾਗਮ ਜਾਂ ਕਨਵੈਨਸ਼ਨ ਟਾਈਪ ਛੋਟੇ ਛੋਟੇ ਘਰਾਂ ਦੇ ਵਿੱਚ ਪਰਿਵਾਰਾਂ ਵਿੱਚ ਬਹਿ ਕੇ ਇਹਨਾਂ ਚੀਜ਼ਾਂ ਤੇ ਆਪਾਂ ਨੇ ਵਿਚਾਰ ਕਰਨੀ, ਸਾਡੇ ਬੱਚਿਆਂ ਨੂੰ ਪਤਾ ਲੱਗੇ ਵੀ ਇਹ ਉੱਡ ਕੇ ਸੀਸ ਨਹੀਂ ਪਿਆ, ਅੰਨੇ ਨਹੀਂ ਹੋਏ ਲੋਕ, ਨਹੀਂ ਇਹ ਪਤਾ ਹੋਣਾ ਚਾਹੀਦਾ ਕਿ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਘਰ ਬੁਲਾਇਆ ਸੀ ਨਾ ਸੰਮਣ ਨੇ ਕਿ ਮਹਾਰਾਜ ਜੀ ਸਾਡੇ ਘਰ ਵੀ ਚਰਨ ਪਾਓ, ਉਸ ਵੇਲੇ ਸੰਮਣ ਨੇ ਆਪਣੇ ਪੁੱਤ ਦਾ ਸੀਸ ਕੱਟਿਆ ਸੀ ਮੂਸਣ ਦਾ। ਇਹ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਟਾਈਮ ਦੀ ਗੱਲ ਹੈ, ਕਿਤੇ ਮੌਕਾ ਦੁਬਾਰਾ ਮਿਲਿਆ ਤੇ ਫਿਰ ਇਹਦੇ ਤੇ ਵੀ ਵਿਚਾਰ ਕਰਾਂਗੇ ਵੀ ਇਹ ਕੀ ਗੱਲ ਸੀ। ਜੇ ਪੁੱਤ ਦਾ ਸੀਸ ਪਿਤਾ ਕੱਟ ਸਕਦਾ ਹੈ, ਪਿਤਾ ਪੁੱਤ ਦਾ ਸੀਸ ਕੱਟ ਸਕਦਾ ਤੇ ਪੁੱਤ ਪਿਤਾ ਦਾ ਸੀਸ ਕਿਉਂ ਨਹੀਂ ਕੱਟ ਸਕਦਾ? ਇਹ ਸਾਰੇ ਪੜਦੇ ਰੱਖੇ ਗਏ ਸਾਡੇ ਕੋਲੋਂ। ਜਦੋਂ ਡਿਊਟੀ ਲਾ ਦਿੱਤੀ ਬਾਬਾ ਜੀਵਨ ਸਿੰਘ ਦੀ ਤੇ ਘਰ ਦੇ ਵਿੱਚ ਟਹਿਲਦੇ ਫਿਰਦੇ ਨੇ, ਉਧਰ ਸ਼ਹਾਦਤ ਹੋਣੀ ਹੈ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ, ਤੇ ਮਨ ਵਿੱਚ ਸੋਚਦਾ ਹੈ ਨਮੋ ਝਾਣਾ ਹੋ ਕੇ ਤੁਰਿਆ ਫਿਰਦਾ ਵੀ ਮੈਂ ਮਹਾਰਾਜ ਜੀ ਦਾ, ਪਿਤਾ ਜੀ ਦਾ, ਆਪਣੇ ਬਾਪ ਦਾ ਸੀਸ ਕਿੱਦਾਂ ਬਚਾਉਣਾ ਹੈ, ਇਹ ਸੋਚਦਾ ਹੈ। ਤੇ ਜਦੋਂ ਘਰ ਦੇ ਵਿੱਚ ਬੱਚਾ ਏਦਾਂ ਨਡਾਲ ਜਿਹਾ ਤੁਰਿਆ ਫਿਰਦਾ, ਝੱਲਾ ਜਿਹਾ ਹੋ ਕੇ ਤੁਰਿਆ ਫਿਰਦਾ, ਸਿਰ ਸੁੱਟ ਕੇ ਤੁਰਿਆ ਫਿਰਦਾ, ਹਰ ਮਾਂ ਤੇ ਬਾਪ ਕਹਿੰਦਾ ਵੀ ਕੀ ਗੱਲ ਹੋ ਗਈ ਪੁੱਤਰਾ, ਬੇਟਾ ਕੀ ਗੱਲ ਹੋ ਗਈ, ਅੱਜ ਸਿਰ ਜਿਹਾ ਸੁੱਟ ਕੇ ਫਿਰਦਾ। ਉਸ ਵੇਲੇ ਜਦੋਂ ਇਹ ਚੀਜ਼ ਬਾਬਾ ਜੀਵਨ ਸਿੰਘ ਜੀ ਦੇ ਬਾਪ ਨੇ ਸਦਾਨੰਦ ਜੀ ਨੇ ਵੇਖਿਆ ਤੇ ਕਹਿਣ ਲੱਗੇ ਭਾਈ ਜੈਤਿਆ ਪੁੱਤਰਾ ਕੀ ਗੱਲ ਹੋ ਗਈ ਹੈ, ਤੂੰ ਬੜਾ ਉਲਝਿਆ ਜਿਹਾ ਫਿਰਦਾ, ਤੂੰ ਬੜਾ ਖੋਇਆ ਖੋਇਆ ਫਿਰਦਾ। ਕਹਿਣ ਲੱਗਾ ਪਿਤਾ ਜੀ
ਮੇਰੇ ਮਨ ਦੇ ਵਿੱਚ ਵਿਚਾਰ ਆਉਂਦੀ ਵੀ ਮੇਰੇ ਬਾਪ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਮੇਰੀ ਡਿਊਟੀ ਲਾ ਦਿੱਤੀ, ਮੈਨੂੰ ਸੇਵਾ ਲਾ ਦਿੱਤੀ ਹੈ, ਵੀ ਇਹ ਸੀਸ ਦਿੱਲੀ ਤੋਂ ਚੁੱਕ ਕੇ ਤੇ ਆਨੰਦਪੁਰ ਸਾਹਿਬ ਪਹੁੰਚਾਉਣਾ। ਮੈਂ ਇਹੀ ਸੋਚਦਾ ਹੈ ਵੀ ਇਹ ਪਹੁੰਚਾਉਣਾ ਕਿਸ ਤਰ੍ਹਾਂ ਹੈ। ਇਹ ਸਾਰਿਆਂ ਨੂੰ ਪਤਾ, ਜੇ ਅੰਬ ਚੋਰੀ ਕਰਨਾ ਤੇ ਅੰਬ ਦੀ ਥਾਂ ਤੇ ਅੰਬ ਰੱਖਣਾ ਪੈਣਾ, ਜੇ ਉਸ ਜਗ੍ਹਾ ਤੇ ਚੀਜ਼ ਦੀ ਥਾਂ ਤੇ ਚੀਜ਼ ਰੱਖਾਂਗੇ ਤਾਂ ਜਾ ਕੇ ਪਤਾ ਲੱਗਦਾ, ਤਾਂ ਜਾ ਕੇ ਪੜਦਾ ਪੈਂਦਾ, ਤਾਂ ਜਾ ਕੇ ਇਹ ਕੰਮ ਹੋਣਾ ਸੀ। ਤੇ ਕਹਿਣ ਲੱਗੇ, ਕਿਹੜੇ ਸੀਸ ਦੀ ਗੱਲ ਕਰਦਾ ਪੁੱਤਰ, ਜੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਤੇਰੀ ਡਿਊਟੀ ਲਾਈ ਹੈ, ਜੇ ਸੇਵਾ ਲਾਈ ਹੈ, ਤੇ ਤੂੰ ਇਹ ਮੇਰਾ ਸੀਸ ਕੱਟ ਕੇ, ਭਾਈ ਸਦਾਨੰਦ ਜੀ ਕਹਿੰਦੇ ਮੇਰਾ ਸੀਸ ਕੱਟ ਕੇ ਉੱਥੇ ਰੱਖ ਕੇ ਤੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸੀਸ ਜਿਹੜਾ ਉਹ ਆਨੰਦਪੁਰ ਸਾਹਿਬ ਪਹੁੰਚਾਉਣਾ। ਆਖੋ ਸਤਨਾਮ। ਇਹ ਛੋਟੀ ਜੀ ਗੱਲ ਹੈ, ਲੈ ਦੱਸੋ ਕਿਹੜਾ ਇਤਿਹਾਸ ਵਿੱਚ ਦੱਸਦਾ। ਮੈਂ ਭੈਣਾਂ ਨੂੰ, ਭਾਈਆਂ ਨੂੰ, ਸੰਗਤ ਨੂੰ ਇਹ ਗੁਜ਼ਾਰਿਸ਼ ਕਰਦਾ ਵੀ ਪੜ੍ਹਿਆ ਕਰੋ, ਆਪਣੇ ਬੱਚਿਆਂ ਨੂੰ ਪੜ੍ਹਾਇਆ ਕਰੋ, ਚੰਗੀ ਐਜੂਕੇਸ਼ਨ ਦਿਓ, ਤਾਂ ਜਾ ਕੇ ਇਹ ਚੀਜ਼ਾਂ ਤੋਂ ਤੁਸੀਂ ਮੁਕਤ ਹੋ ਸਕਦੇ ਜੇ। ਮੈਂ ਪਹਿਲਾਂ ਹੀ ਕਹਿ ਚੁੱਕਿਆ ਵੀ ਘੁਮਿਆਰ ਨੇ ਭਾਂਡੇ ਬਣਾਏ, ਘੁਮਿਆਰ ਬਣ ਗਿਆ, ਸੁਨਿਆਰੇ ਨੇ ਸੋਨਾ ਬਣਾਇਆ, ਸੁਨਿਆਰ ਬਣ ਗਿਆ, ਤੇ ਮਜ਼੍ਹਬੀ ਸਿੱਖ ਨੇ ਕੀ ਬਣਾਇਆ, ਰੰਗਰੇਟਾ ਕੌਮ ਨੇ ਕੀ ਬਣਾਇਆ, ਇਤਿਹਾਸ ਬਣਾਏ ਆ, ਸ਼ਹਾਦਤਾਂ ਦਿੱਤੀਆਂ ਨੇ, ਸ਼ਹੀਦੀਆਂ ਦਿੱਤੀਆਂ ਨੇ। ਕੋਈ ਬੰਦਾ ਕਹਿ ਨਹੀਂ ਸਕਦਾ ਵੀ ਇਹ ਮਜ਼੍ਹਬੀ ਸਿੱਖ ਕੌਮ ਜਾਤੀ ਹੈ, ਇਹ ਖਿਤਾਬੀ ਕੌਮ ਹੈ। ਆਖੋ ਸਤਨਾਮ। ਖਿਤਾਬੀ ਕੌਮ ਹੈ। ਜਦੋਂ ਇਹ ਗੱਲ ਕੀਤੀ ਤੇ ਸਦਾਨੰਦ ਜੀ ਕਹਿਣ ਲੱਗੇ, ਪੁੱਤਰਾ ਮੇਰਾ ਸਿਰ ਕਦੋਂ ਕੰਮ ਆਉਣਾ ਹੈ, ਕੱਟ ਮੇਰਾ ਸਿਰ ਤੇ ਰੱਖ, ਉੱਥੇ ਲੈ ਕੇ ਜਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ, ਤੇਰੇ ਵੀ ਪਿਤਾ ਲੱਗਦੇ ਹੈ, ਮੇਰੇ ਵੀ ਪਿਤਾ ਲੱਗਦੇ ਹੈ। ਫਿਰ ਇਤਿਹਾਸ ਇਹ ਦੱਸਦਾ ਕਿ ਬਾਬਾ ਜੀਵਨ ਸਿੰਘ ਜੀ ਨੇ ਆਪਣੇ ਪਿਤਾ ਦਾ ਸੀਸ ਸਦਾਨੰਦ ਜੀ ਦਾ ਚਾਂਦਨੀ ਚੌਂਕ ਦੇ ਵਿੱਚ ਰੱਖ ਕੇ ਫਿਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸੀਸ ਲੈ ਕੇ ਗਏ ਸੀ। ਜਦੋਂ ਸੀਸ ਲੈ ਕੇ ਕੋਹਾਂ ਦੀ ਵਾਟ ਨੂੰ ਤੈਅ ਕਰਦੇ ਹੋਏ ਆਨੰਦਪੁਰ ਸਾਹਿਬ ਪਹੁੰਚੇ ਨੇ, ਆਨੰਦਪੁਰ ਸਾਹਿਬ ਤੋਂ ਪਹਿਲਾਂ ਕੀਰਤਪੁਰ ਸਾਹਿਬ ਆਉਂਦਾ ਹੈ, ਉੱਥੇ ਗੁਰਦੁਆਰਾ ਹੈ ਬਿਬਾਨਗੜ੍ਹ। ਤੁਸੀਂ ਜਦੋਂ ਜਾ ਕੇ ਵੇਖੋਗੇ, ਉੱਥੇ ਜਾ ਕੇ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸੀਸ ਰੱਖਿਆ ਔਰ ਜਾਣਕਾਰੀ ਦਿੱਤੀ ਗੋਬਿੰਦ ਰਾਏ ਜੀ ਨੂੰ, ਜਾਣਕਾਰੀ ਦਿੱਤੀ ਮਾਤਾ ਗੁਜਰ ਕੌਰ ਜੀ ਨੂੰ, ਤੇ ਪਾਲਕੀ ਸਜਾ ਕੇ ਫਿਰ ਆਨੰਦਪੁਰ ਸਾਹਿਬ ਸੀਸ ਲੈ ਕੇ ਗਏ ਸੀ। ਆਨੰਦਪੁਰ ਸਾਹਿਬ ਦੇ ਵਿੱਚ ਗੁਰਦੁਆਰਾ ਸੀਸਗੰਜ ਬਣਿਆ, ਆਪ ਜੀ ਨੂੰ ਪਤਾ ਹੈ। ਬੜੇ ਅਦਬ ਸਤਿਕਾਰ ਦੇ ਨਾਲ ਜਦੋਂ ਉਹ ਸੀਸ ਭੇਟਾ ਕਰਨਾ ਸੀ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਬਹੁਤ ਬਾਲ ਅਵਸਥਾ ਸੀ, ਤੇ ਜਦੋਂ ਸੀਸ ਭੇਟਾ ਕੀਤਾ ਬਾਬਾ ਜੀਵਨ ਸਿੰਘ ਜੀ, ਬਾਬਾ ਜੀਵਨ ਸਿੰਘ ਜੀ ਵੱਡੇ ਸੀ ਉਮਰ ਦੇ ਵਿੱਚ, ਲੰਬਾਈ ਵਿੱਚ ਵੀ ਵੱਡੇ ਸੀ, ਤੇ ਗੁਰੂ ਗੋਬਿੰਦ ਸਿੰਘ ਗੋਬਿੰਦ ਰਾਏ ਜੀ ਅਜੇ ਛੋਟੇ ਸੀ। ਉੱਚੇ ਥਾਂ ਤੇ ਖਲੋ ਕੇ ਜਦੋਂ ਸੀਸ ਝੋਲੀ ਵਿੱਚ ਪਾਉਂਦੇ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ, ਗੋਬਿੰਦ ਰਾਏ ਜੀ, ਤੇ ਸੀਸ ਲੈ ਕੇ ਤੇ ਗਲ ਦੇ ਨਾਲ ਲਾ ਕੇ, ਗਲਵੱਕੜੀ ਪਾ ਕੇ ਛਾਤੀ ਨਾਲ ਲਾ ਕੇ ਕਹਿਣ ਲੱਗੇ, ਰੰਗਰੇਟਾ ਗੁਰੂ ਕਾ ਬੇਟਾ। ਹੁਣ ਇਹ ਬੱਚੇ BA ਪੜ੍ਹੇ ਵੀ ਬੈਠੇ ਹੋਣਗੇ, MA ਪੜ੍ਹੇ ਵੀ ਬੈਠੇ ਹੋਣਗੇ, ਮੇਰੇ ਨਾਲੋਂ ਕਿਤੇ ਪੜ੍ਹੇ ਲਿਖੇ ਜ਼ਿਆਦਾ ਹੋ ਤੁਸੀਂ,
ਰੰਗ ਰੇਟਾ ਉਹਨੂੰ ਕਿਹਾ ਜਾਂਦਾ। ਸਾਡੇ ਬਜ਼ੁਰਗ ਬੈਠੇ ਨੇ, ਮੇਰੇ ਫਾਦਰ ਸਾਹਿਬ ਬੈਠੇ ਹੈ, ਜੜ ਵੇਖ ਲਓ ਮੇਰੀ। ਉਸ ਵੇਲੇ ਕਹਿੰਦੇ ਹੁੰਦੇ ਸੀ ਕਿ ਇਹ ਛੋਟਾ ਜਿਹਾ ਬੱਚਾ ਰੀਠੇ ਵਰਗਾ ਰੀਠਾ ਆ, ਪੱਕਾ ਆ। ਰੰਗ ਰੇਟੇ ਦਾ ਅਰਥ ਇਹੀ ਆ ਵੀ ਜੋ ਨਾਮ ਦਾ ਰੰਗ ਸੀ, ਜੋ ਗੁਰਬਾਣੀ ਚ ਕਿਹਾ ਕਿ ਲਾਲ ਰੰਗ ਤਿਸਕੋ ਲਾਗਾ ਜਿਸਕੇ ਵਡਭਾਗਾ, ਮੈਲਾ ਕਦੀ ਨਾ ਹੋ ਵੀ ਨਾ ਲੱਗਾ ਦਾਗਾ। ਰੰਗ ਰੇਟੇ ਦਾ ਹੀ ਮਤਲਬ ਇਹ, ਗੁਰਬਾਣੀ ਦਾ ਰੰਗ, ਨਾਮ ਦਾ ਰੰਗ, ਸਾਧ ਸੰਗਤ ਦਾ ਰੰਗ, ਸਿੱਖੀ ਦਾ ਰੰਗ, ਕੌਮ ਦਾ ਰੰਗ, ਜਿੰਨੇ ਵੀ ਰੰਗ ਤੁਸੀਂ ਮੰਨਦੇ ਹੋ ਉਹ ਸਾਰੇ ਦੇ ਸਾਰੇ ਰੰਗ ਬਾਬਾ ਜੀਵਨ ਸਿੰਘ ਜੀ ਨੂੰ ਜਦੋਂ ਸਮੋਗੇ ਸੀ ਉਹਦੇ ਅੰਦਰ, ਫਿਰ ਛਾਤੀ ਨਾਲ ਲਾ ਕੇ ਕਿਹਾ ਸੀ ਕਿ ਰੰਗ ਰੇਟਾ ਗੁਰੂ ਕਾ ਬੇਟਾ ਤੂੰ, ਮੈਂ ਗੁਰੂ ਦਾ ਪੁੱਤਰ ਨਹੀਂ, ਕਿਉਂਕਿ ਉਹ ਤੇ ਅਜੇ ਛੋਟੇ ਸੀ, ਮੈਂ ਗੁਰੂ ਦਾ ਪੁੱਤਰ ਨਹੀਂ, ਤੂੰ ਗੁਰੂ ਦਾ ਪੁੱਤਰ ਹੈ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ। ਰੰਗ ਰੇਟਾ ਗੁਰੂ ਕਾ ਬੇਟਾ ਕਿੱਦਾਂ ਬਣਿਆ? ਧਿਆਨ ਦਿਓ, ਤਨ ਮਨ ਕੀਤਾ ਸਿੱਖੀ ਦੀ ਭੇਟਾ, ਏਦਾਂ ਖਿਤਾਬ ਮਿਲਿਆ ਜੇ ਰੰਗਰੇਟੇ ਦਾ। ਜੇ ਕੋਈ ਕਹੇ ਜੀ ਏਦਾਂ ਖਿਤਾਬ ਮਿਲ ਗਿਆ ਮੂੰਗਫਲੀ ਦੇ ਨਾਲ ਜਾਂ ਚਣਿਆਂ ਦੇ ਨਾਲ ਖਿਤਾਬ ਮਿਲ ਗਏ, ਏਦਾਂ ਨਹੀਂ ਮਿਲੇ। ਮੈਂ ਪਹਿਲਾਂ ਹੀ ਗੱਲਾਂ ਦੱਸ ਚੁੱਕਿਆ ਕਿ ਜੋ ਜੋ ਬੰਦਾ ਕੰਮ ਕਰਦਾ ਉਹਨੂੰ ਉਹੀ ਖਿਤਾਬ ਮਿਲਦੇ ਨੇ, ਪਰ ਜਿਹੜੇ ਕੰਮ ਮਜਬੀ ਸਿੱਖ ਕੌਮ ਨੇ ਕੀਤੇ ਹੈ ਉਹਨਾਂ ਨੂੰ ਖਿਤਾਬ ਵੀ, ਕੌਮੀ ਖਿਤਾਬ ਹੀ ਮਿਲੇ ਹੈ। ਇਹ ਮਜਬੀ ਸਿੱਖ ਕਿਸੇ ਜਾਤ ਦਾ ਨਾਂ ਨਹੀਂ। ਇਸ ਤਰ੍ਹਾਂ ਸੀਸ ਲਿਆ ਕੇ ਪਹਿਲਾ ਖਿਤਾਬ ਬਾਬਾ ਜੀਵਨ ਸਿੰਘ ਭਾਈ ਜੈਤਾ ਜੀ ਨੇ ਲਿਆ ਰੰਗਰੇਟਾ ਗੁਰੂ ਕਾ ਬੇਟਾ ਦਾ। ਉਸਦੇ ਬਾਅਦ ਦੂਸਰਾ ਕਨਸੈਪਟ, ਜਦੋਂ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪੈ ਗਿਆ, ਉਸ ਵੇਲੇ ਕਸਮਾਂ ਖਾਧੀਆਂ ਕੁਰਾਨਾਂ ਦੀਆਂ, ਆਟੇ ਦੀਆਂ ਗਊਆਂ ਦੀਆਂ, ਤੇ ਕਸਮਾਂ ਤੋਂ ਮੁੱਕਰ ਗਏ ਉਹ ਲੋਕ। ਕਹਿਣ ਲੱਗੇ ਜੀ ਅਸੀਂ ਤੁਹਾਡੇ ਤੇ ਹਮਲਾ ਨਹੀਂ ਕਰਾਂਗੇ, ਪਰ ਨਹੀਂ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਦੱਸਿਆ ਸੀ ਵੀ ਇਹ ਜਿਹੜੇ ਆਟੇ ਦੀਆਂ ਗਊਆਂ ਦੀਆਂ ਕਸਮਾਂ ਖਾਂਦੇ ਨੇ ਜਾਂ ਇਹ ਕੁਰਾਨ ਦੀਆਂ ਕਸਮਾਂ ਖਾਂਦੇ ਨੇ, ਇਹ ਕੱਚੇ ਹੈ, ਇਹ ਪੱਕੇ ਨਹੀਂ। ਹੁਣ ਸਾਨੂੰ ਸਾਰਿਆਂ ਨੂੰ ਭਲੀ ਭਾਂਤ ਪਤਾ ਕਿ 9 ਮਹੀਨੇ ਘੇਰਾ ਪਿਆ ਰਿਹਾ। ਇਹ ਧਿਆਨ ਦਿਓ ਮੇਰੇ ਛੋਟੇ ਛੋਟੇ ਬੱਚੇ ਵੀਰ ਤੇ ਭੈਣਾਂ ਜਿਹੜੇ ਪੜ੍ਹਦੇ ਨੇ, ਬਜ਼ੁਰਗ ਵੀ ਬੜੇ ਗੌਰ ਨਾਲ ਇਹ ਗੱਲ ਨੂੰ ਸੁਣ ਰਹੇ ਨੇ। ਇਹ ਪ੍ਰੋਗਰਾਮ ਲਾਈਵ ਟੈਲੀਕਾਸਟ ਹੋ ਰਿਹਾ ਹੈ, ਬੜੀ ਬੜੀ ਦੂਰ ਤੱਕ ਸਾਊਦੀ ਅਰਬ, ਅਮਰੀਕਾ, ਇੰਗਲੈਂਡ, ਲੰਡਨ ਸਭ ਸੁਣ ਰਹੇ ਨੇ। ਜਦੋਂ ਘੇਰਾ ਪਿਆ ਸੀ ਅਨੰਦਪੁਰ ਨੂੰ, ਖਾਣ ਪੀਣ ਦੀਆਂ ਰਸਤਾ ਦਾ ਕੰਮ ਬੰਦ ਕਰ ਦਿੱਤਾ ਗਿਆ ਬਾਹਰੋਂ ਘੇਰਾ ਪਾ ਕੇ, ਜਿੰਨੀਆਂ ਰਸਤਾ ਕੋਲ ਸੀ ਉਹ ਖਾਧੀਆਂ ਗਈਆਂ, ਦਰਖਤਾਂ ਦੇ ਪੱਤੇ ਖਾਧੇ ਗਏ, ਦਰਖਤਾਂ ਦੇ ਛਿੱਕੜ ਲਾ ਲਾ ਕੇ ਖਾਧੇ। ਪਰ ਜਦੋਂ ਨਿਡਾਲ ਹੋ ਗਈ, ਇਹ ਖਾਲਸੇ ਨਿਡਾਲ ਹੋ ਗਏ, ਤੇ ਫਿਰ ਕਹਿਣ ਲੱਗੇ ਬਾਰਾਂ ਸੱਚੇ ਪਾਤਸ਼ਾਹ ਜੀ ਹੱਥ ਜੋੜ ਕੇ ਬੇਨਤੀ ਹੈ, ਤੁਸੀਂ ਗੱਲ ਮੰਨ ਲਓ, ਕਿਲਾ ਛੱਡ ਦਿਓ, ਕੀ ਫਰਕ ਪੈਂਦਾ? ਮਹਾਰਾਜ ਕਹਿੰਦੇ ਨਹੀਂ, ਕਿਉਂਕਿ ਕੱਚਿਆਂ ਦੀ ਤੇ ਪੱਕਿਆਂ ਦੀ ਪਰਖ ਇੱਥੇ ਹੋਣੀ ਹੈ। ਹੁਣ ਇਹ ਭੈਣਾਂ ਜਰਾ ਧਿਆਨ ਦਿਓ, ਗੁਰਬਾਣੀ 'ਚ ਲਿਖਿਆ ਨਾਨਕ ਕੱਚੜਿਆਂ ਸੋ ਤੋੜ ਢੂੰਡ ਸੰਤ ਸੱਜਣ ਪੱਕਿਆਂ, ਓਏ ਜਵਿੰਦੇ ਵਿਛੜੇ ਮੋਇਆ ਨਾ ਜਾਈ ਛੋੜ। ਕੱਚੇ ਝੜ ਜਾਂਦੇ ਨੇ,
ਸਿੱਖੀ ਦਾ ਰਸਤਾ ਔਖਾ ਹੈ। ਛੋਟੀ ਜੀ ਗੱਲ ਨਹੀਂ, ਘੇਰਾ ਪੈ ਗਿਆ, ਸਾਰੇ ਘਬਰਾ ਗਏ, ਹੁਣ ਖਾਈਏ ਕੀ ਕਰੀਏ ਕੀ। ਤੇ ਵਿੱਚੋਂ ਕੁਝ ਸਿੱਖ ਮਾਝੇ ਦੇ ਮਝਾਈਏ ਕਹਿਣ ਲੱਗੇ, ਮਹਾਰਾਜ ਸੱਚੇ ਪਾਤਸ਼ਾਹ ਜੀ, ਇਹ ਸਾਡੇ ਕੋਲੋਂ ਹੁਣ ਭੁੱਖ ਨਹੀਂ ਜਰੀ ਜਾਂਦੀ, ਸਾਡੇ ਕੋਲ ਭੁੱਖ ਨਹੀਂ ਜਰੀ ਜਾਂਦੀ, ਇਹ ਸਾਡੇ ਵੱਸ ਦੀ ਗੱਲ ਨਹੀਂ, ਤੇ ਅਸੀਂ ਹੁਣ ਤੁਹਾਨੂੰ ਬੇਦਾਵਾ ਲਿਖ ਕੇ ਦੇਣਾ। ਬੇਦਾਵੇ ਦਾ ਸਾਰਿਆਂ ਨੂੰ ਪਤਾ ਵੀ ਸਾਡਾ ਕੋਈ ਤੁਹਾਡੇ ਤੇ ਦਾਵਾ ਨਹੀਂ, ਬੇਦਖਲ ਵੀ ਅਸੀਂ ਅੱਜ ਤੋਂ ਬਾਅਦ ਇਹ ਬਦਾਵਾ ਲਿਖ ਕੇ ਦਿੰਦੇ ਹਾਂ ਵੀ ਅਸੀਂ ਭੁੱਖ ਨਹੀਂ ਜਰ ਸਕਦੇ, ਅਸੀਂ ਭੁੱਖੇ ਨਹੀਂ ਲੜ ਸਕਦੇ, ਤੇ ਅੱਜ ਤੋਂ ਤੂੰ ਸਾਡਾ ਗੁਰੂ ਜੀ ਤੇ ਅਸੀਂ ਤੇਰੇ ਸਿੱਖ ਨਹੀਂ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਬਦਾਵਾ ਲਿਖ ਕੇ ਦਿੱਤਾ, ਪਰ ਬਦਾਵਾ ਜਿਹੜਾ ਸੀ ਖਾਲਸਾ ਜੀ, ਇਹ ਲਿਖ ਕੇ ਸਿਰਫ ਸਿੱਖਾਂ ਨੇ ਦਿੱਤਾ ਸੀ। ਜੇ ਕਦੇ ਗੁਰੂ ਬਦਾਵਾ ਲਿਖ ਦਿੰਦਾ ਤੇ ਬੜੇ ਬੜੇ ਖਿਤਾਬ ਨਾ ਮਿਲਦੇ, ਤੇ ਸਾਨੂੰ ਵੀ ਅੱਜ ਖਿਤਾਬ ਨਾ ਮਿਲਦਾ। ਇਹ ਖਿਤਾਬ ਹੁਣ ਕਿੱਦਾਂ ਮਿਲਣਾ, ਜਰਾ ਧਿਆਨ ਦਿਓ। ਬਦਾਵਾ ਲਿਖ ਕੇ ਦੇ ਗਏ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਉਹ ਬਦਾਵੇ ਨੂੰ ਫੋਲਡ ਕੀਤਾ, ਇਕੱਠਾ ਕਰਕੇ ਆਪਣੇ ਕਮਰ ਕੱਸੇ ਵਿੱਚ ਲਾ ਲਿਆ। ਕਹਿੰਦੇ ਠੀਕ ਹੈ, ਜੇ ਤੁਹਾਡੇ ਕੋਲ ਘਰ ਖਾਣ ਪੀਣ ਦੀਆਂ ਰਸਤਾ ਹੈਗੀਆਂ ਨੇ, ਚਾਰ ਸਿਹਾੜ ਹੈਗੇ ਨੇ, ਤੇ ਖਾਓ ਪੀਓ ਜਾਓ। ਉਹ ਛੱਡ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਕਿਲੇ ਦੇ ਵਿੱਚ ਦੇ ਘਰ ਆ ਗਏ ਸੀ। ਪਰ ਜਦੋਂ ਗੁਰੂ ਨੂੰ ਛੱਡ ਕੇ ਕੋਈ ਘਰ ਆ ਗਿਆ ਤੇ ਘਰੋਂ ਮਿਹਣਾ ਤੇ ਫਿਰ ਵੱਜਣਾ ਹੀ ਸੀ। ਘਰੋਂ ਮਿਹਣਾ ਵੱਜਿਆ ਮਾਤਾ ਭਾਗ ਕੌਰ ਦਾ, ਕਹਿਣ ਲੱਗੀ ਤੁਸੀਂ ਬਹੁਤ ਵੱਡੀ ਗਲਤੀ ਕਰਕੇ ਆਏ ਹੋ, ਉਹ ਵੀ ਤੇ ਸਾਡੀਆਂ ਇਹਨਾਂ ਭੈਣਾਂ ਵਰਗੀਆਂ ਭੈਣਾਂ ਸੀ, ਉਹ ਵੀ ਤੇ ਸਾਡੀਆਂ ਬੀਬੀਆਂ ਵਰਗੀ ਬੀਬੀ ਸੀ ਮਾਤਾ ਭਾਗ ਕੌਰ। ਉਹ ਕਹਿਣ ਲੱਗੀ ਇਹ ਤੁਹਾਡੀ ਚੰਗੀ ਗੱਲ ਨਹੀਂ, ਤੁਸੀਂ ਗੁਰੂ ਨੂੰ ਧੋਖਾ ਦੇ ਕੇ ਆਏ ਹੋ, ਤੁਸੀਂ ਗੁਰੂ ਨੂੰ ਬਦਾਵਾ ਲਿਖ ਕੇ ਦੇ ਕੇ ਆਏ ਹੋ, ਤੁਸੀਂ ਜਨਾਨੀਆਂ ਤੋਂ ਵੀ ਥੱਲੇ ਹੋ, ਆ ਬੈਠੋ ਇੱਥੇ ਸੋਲਾਂ ਸ਼ਿੰਗਾਰ ਕਰਕੇ ਬੈਠੋ, ਮੈਂ ਜਾਣੀ ਆ, ਅਸੀਂ ਜਾਣੀ ਆ ਜੰਗ ਦੇ ਵਿੱਚ, ਅਸੀਂ ਦਿੰਦੀ ਹਾਂ ਸਾਥ ਗੁਰੂ ਗੋਬਿੰਦ ਸਿੰਘ ਜੀ ਦਾ। ਇਹ ਗੱਲ ਜਦੋਂ ਮਾਤਾ ਭਾਗ ਕੌਰ ਨੇ ਕਹੀ ਤੇ ਪੈਰਾਂ ਦੇ ਥੱਲਿਓਂ ਮਿੱਟੀ ਨਿਕਲ ਗਈ। ਸੋਚਣ ਲੱਗ ਪਏ ਵੀ ਇਹ ਕੀ ਗੱਲ ਹੋ ਗਈ, ਸਾਡੇ ਕੋਲ ਬੜਾ ਵੱਡਾ ਮਿਹਣਾ ਮਾਰਤਾ। ਆਖਰ ਸੋਚਣ ਲੱਗੇ ਵੀ ਅਸੀਂ ਤੇ ਬਦਾਵਾ ਲਿਖ ਕੇ ਦੇ ਆਏ ਹਾਂ, ਹੁਣ ਕੀ ਕਹੀਏ ਗੁਰੂ ਗੋਬਿੰਦ ਸਿੰਘ ਜੀ ਨੂੰ। ਕਹਿਣ ਲੱਗੇ ਹੁਣ ਜੰਗ ਤੇ ਲੜਨਾ, ਉੱਥੋਂ ਛੱਡ ਦਿੱਤਾ ਇਹ ਕਿਲ੍ਹਾ ਤੇ ਰਸਤੇ ਵਿੱਚ ਹੀ ਮਿਲਾਂਗੇ ਹੁਣ ਮਹਾਰਾਜ ਜੀ ਨੂੰ, ਉੱਥੇ ਹੀ ਭੁੱਲ ਬਖਸ਼ਾਵਾਂਗੇ। ਇਹ ਸਲਾਹ ਕਰ ਲਈ ਸੀ ਉਹਨਾਂ ਨੇ, ਪਰ ਮਾਤਾ ਭਾਗ ਕੌਰ ਨੇ ਪ੍ਰਣ ਕਰ ਲਿਆ ਸੀ, ਤੁਸੀਂ ਆਉਣਾ ਚਾਹੇ ਨਹੀਂ ਆਉਣਾ, ਮੈਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਨਾਲ ਪੂਰਾ ਸਾਥ ਦੇਣਾ। ਕਿਲ੍ਹੇ ਨੂੰ ਛੱਡ ਦਿੱਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ। ਜਦੋਂ ਛੱਡ ਕੇ ਅਜੇ ਤੁਰੇ ਆ, ਮਹਾਰਾਜ ਜੀ ਦੀ ਟੈਕਟਿਸ ਦੇਖੋ, ਮਹਾਰਾਜ ਜੀ ਦੀ ਕਮਾਂਡ ਵੇਖੋ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਤੁਸੀਂ ਇਹਨਾਂ ਤੇ ਵਿਸ਼ਵਾਸ ਕਰਦੇ ਹੋ ਤੇ ਤੁਹਾਨੂੰ ਕੁਝ ਦਿਖਾਈਏ। ਮਹਾਰਾਜ ਜੀ ਨੇ ਕਿਹਾ ਲਿਆਓ ਬੱਬਰੇ ਠੀਕਰੀਆਂ। ਅੱਜ ਕੱਲ੍ਹ ਦੇ ਬੱਚਿਆਂ ਨੂੰ ਤੇ ਪਤਾ ਨਹੀਂ ਬੱਬਰੇ ਠੀਕਰੀਆਂ ਕੀ ਹੁੰਦੇ ਹੈ। ਇਹ ਸਾਰੇ ਇਕੱਠੇ ਕਰਕੇ ਘੋੜਿਆਂ ਤੇ ਲੱਦ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਪਿਆਲੇ ਪਾ ਤੇ, ਜਿਨ੍ਹਾਂ ਨੇ ਕਸਮਾਂ ਖਾਧੀਆਂ ਸੀ ਆਟੇ ਦੀਆਂ, ਗਊਆਂ ਦੀਆਂ ਤੇ ਕੁਰਾਨਾਂ ਦੀਆਂ, ਉਹਨਾਂ ਨੇ ਸੋਚਿਆ ਖਜ਼ਾਨਾ ਤੇ ਪਹਿਲਾਂ ਹੀ ਚੱਲ ਪਿਆ, ਚਲੋ ਲੁੱਟ ਲਓ ਫਿਰ ਜਾ ਕੇ। ਉਹ ਲੁੱਟਣ ਵਾਸਤੇ ਘੇਰਾ ਪਾ ਲਿਆ। ਜਦੋਂ ਘੇਰਾ ਪਾ ਲਿਆ ਤੇ ਵੇਖਿਆ ਕਿ ਲੁੱਟਣ ਲੱਗੇ ਤੇ ਵੇਖਿਆ ਤੇ ਅੰਦਰੋਂ ਠੀਕਰੀਆਂ ਨਿਕਲੀਆਂ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸਾਹਿਬੇ ਕਮਾਲ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਦੇਖ ਲਿਆ
ਇਹਨਾਂ ਲੋਕਾਂ ਤੇ ਵਿਸ਼ਵਾਸ ਨਹੀਂ ਕਰਨਾ। ਤੇ ਸਾਡੇ ਬਜ਼ੁਰਗ ਕਹਿੰਦੇ ਵੀ ਜੇ ਕੋਈ ਬਾਹ ਨੂੰ ਤੇਲ ਲਾ ਕੇ ਨਾ ਤੇ ਤਿਲਾਂ ਦੀ ਬੋਰੀ ਵਿੱਚ ਵੀ ਧੱਕ ਦੇਵੇ ਨਾ ਤੇ ਇੰਨੀ ਵਾਰ ਵੀ ਕੋਈ ਕਸਮਾਂ ਖਾਵੇ ਤੇ ਖਾਲਸਾ ਜੀ ਕਦੀ ਵਿਸ਼ਵਾਸ ਨਹੀਂ ਕਰਨਾ। ਗੱਜ ਕੇ ਆਖੋ ਸਤਨਾਮ ਵਾਹਿਗੁਰੂ, ਵਿਸ਼ਵਾਸ ਨਹੀਂ ਕਰਨਾ। ਮਹਾਰਾਜ ਕਹਿੰਦੇ ਵੇਖ ਲਿਆ, ਮਹਾਰਾਜ ਕਹਿੰਦੇ ਨਹੀਂ ਹੁਣ ਫੈਸਲਾ ਹੋ ਗਿਆ, ਆਪਾਂ ਚਾਲੇ ਪਾਉਣੇ ਹੀ ਪਾਉਣੇ ਆ। ਚਾਲੇ ਪੈ ਗਏ, ਜਦੋਂ ਚਲੇ ਗਏ ਸਰਸਾ ਨਦੀ ਤੇ ਪਹੁੰਚੇ। ਮੈਂ ਥੋੜਾ ਜਿਹਾ ਸੰਖੇਪ ਨਾਲ ਦੱਸ ਰਿਹਾ ਕਿਉਂਕਿ ਮੇਰੇ ਤੋਂ ਬਾਅਦ ਵੀ ਭਾਈ ਸਾਹਿਬ ਬਿਲਕੁਲ ਤਿਆਰ ਬਰਤਿਆਰ ਨੇ, ਪਰ ਗੱਲ ਮੈਂ ਤਿੰਨੇ ਕਨਸੈਪਟਾਂ ਤੇ ਹੀ ਕਰ ਜਾਣੀ ਹੈ। ਰੰਗਰੇਟਾ ਗੁਰੂ ਕਾ ਬੇਟਾ ਤੇ ਮਜ਼ਬਹੀ ਸਿੱਖ ਦਾ ਅਰਥ ਕੀ ਹੈ, ਇਹ ਖਿਤਾਬ ਮਿਲਿਆ ਕਦੋਂ ਹੈ? ਜਦੋਂ ਸਰਸਾ ਨਦੀ ਤੇ ਪਹੁੰਚ ਗਏ ਹੈ, ਮਹਾਰਾਜ ਕਹਿੰਦੇ ਇੱਥੇ ਠਹਿਰਾਓ ਕਰ ਦਿਓ, ਇੱਥੇ ਆਪਾਂ ਨੇ ਠਹਿਰਨਾ। ਮਹਾਰਾਜ ਜੀ ਠਹਿਰ ਗਏ ਨੇ, ਬਾਹਰ ਡਿਊਟੀਆਂ ਲਾ ਦਿੱਤੀਆਂ ਬਾਬਾ ਜੀਤ ਸਿੰਘ ਜੀ ਦੀ, ਬਾਬਾ ਜੀਵਨ ਸਿੰਘ ਜੀ ਦੀ, ਮਹਾਨ ਯੋਧਿਆਂ ਦੀਆਂ ਡਿਊਟੀਆਂ ਲਾ ਦਿੱਤੀਆਂ ਵੀ ਤੁਸੀਂ ਜਰਾ ਬਾਹਰ ਦੀ ਚਾਕਰੀ ਕਰੋ ਕਿ ਕੋਈ ਹਮਲਾ ਨਾ ਕਰੇ, ਅਸੀਂ ਜਰਾ ਰਹਿ ਰਾਸ ਕਰ ਲਈਏ। ਅੰਮ੍ਰਿਤ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਸਾ ਦੀ ਵਾਰ ਦਾ ਕੀਰਤਨ ਵੀ ਕੀਤਾ ਹੈ, ਪਰ ਇੱਥੇ ਇਤਿਹਾਸ ਦੱਸਦਾ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਅੰਦਰ ਬੈਠੇ ਨੇ, ਸਤਸੰਗ ਚੱਲ ਰਿਹਾ ਤੇ ਬਾਹਰ ਬਾਬਾ ਅਜੀਤ ਸਿੰਘ ਜੀ ਦਾ ਯੁੱਧ ਲੱਗ ਗਿਆ ਉਹਨਾਂ ਕਾਫਰਾਂ ਦੇ ਨਾਲ ਜਿਨ੍ਹਾਂ ਨੇ ਕਸਮਾਂ ਖਾਧੀਆਂ ਸੀ, ਉਹਨਾਂ ਨੇ ਹਮਲਾ ਕਰ ਦਿੱਤਾ ਹੈ ਤੇ ਬਾਬਾ ਅਜੀਤ ਸਿੰਘ ਜੀ ਨੂੰ ਤਕੜਾ ਘੇਰਾ ਪਾ ਲਿਆ ਉਹਨਾਂ ਨੇ, ਉਹਨਾਂ ਕਾਫਰਾਂ ਨੇ। ਪਰ ਵੇਖਣ ਦੇ ਵਿੱਚ ਇਹ ਆਇਆ, ਇਤਿਹਾਸ ਦੱਸਦਾ ਹੈ ਕਿ ਬਾਬਾ ਜੈਤਾ ਜੀ, ਬਾਬਾ ਜੀਵਨ ਸਿੰਘ ਜੀ ਨੇ ਜਦੋਂ ਇਹ ਗੱਲ ਵੇਖੀ ਕਿ ਬਾਬਾ ਅਜੀਤ ਸਿੰਘ ਜੀ ਨੂੰ ਘੇਰਾ ਬੜਾ ਵੱਡਾ ਪੈ ਗਿਆ, ਲੈ ਇੱਥੇ ਡੌਲੇ ਫਰਕਣੇ ਚਾਹੀਦੇ ਆ ਨੌਜਵਾਨ ਮੁੰਡਿਆਂ ਦੇ, ਵੀ ਇਹ ਛੋਟੀ ਜੀ ਕੌਮ ਨਹੀਂ ਹੈ, ਇਹ ਕੌਮ ਬੜੀ ਵੱਡੀ ਹੈ, ਇਹ ਖਿਤਾਬੀ ਕੌਮ ਹੈ, ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਦਰੋਂ ਘਰੋਂ ਵਰਸਾਈ ਹੋਈ ਕੌਮ ਹੈ, ਇੱਥੇ ਪਤਾ ਲੱਗਣਾ। ਜਦੋਂ ਘੇਰਾ ਪੈ ਗਿਆ ਬਾਬਾ ਅਜੀਤ ਸਿੰਘ ਜੀ ਨੂੰ, ਉਸ ਵੇਲੇ ਵੇਖਿਆ ਬਾਬਾ ਜੀਤਾ ਜੀ ਨੇ, ਬਾਬਾ ਜੀਵਨ ਸਿੰਘ ਨੇ ਵੀ ਘੇਰਾ ਬੜਾ ਵੱਡਾ ਪੈ ਗਿਆ। ਇਤਿਹਾਸ ਦੱਸਦਾ ਕਿ ਘੋੜੇ ਦੀਆਂ ਲਗਾਮਾਂ ਬਾਬਾ ਜੀਵਨ ਸਿੰਘ ਜੀ ਨੇ ਮੂੰਹ ਵਿੱਚ ਪਾ ਕੇ ਦੋਵਾਂ ਹੱਥਾਂ ਨਾਲ ਤਲਵਾਰਾਂ ਚਲਾ ਕੇ ਵੱਢ ਟੁੱਕ ਕਰਦੇ ਹੋਏ, ਦੁਸ਼ਮਣਾਂ ਦਾ ਖਾਤਮਾ ਕਰਦੇ ਹੋਏ ਜੀਤ ਸਿੰਘ ਜੀ ਨੂੰ ਮੈਦਾਨ ਦੇ ਵਿੱਚੋਂ ਬਾਹਰ ਸੇਫ ਕੱਢ ਲਿਆਂਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਲਗਾਮਾਂ ਮੂੰਹ ਵਿੱਚ ਨੇ, ਤਲਵਾਰਾਂ ਦੋਨਾਂ ਹੱਥਾਂ ਦੇ ਵਿੱਚ ਨੇ, ਵੱਢਦੇ ਟੁੱਕਦੇ ਕਾਫਰਾਂ ਦੀ ਜਾਫਰਾਂ ਦੀ ਕਤਲੇਆਮ ਕਰਦੇ ਹੋਏ ਬਾਬਾ ਅਜੀਤ ਸਿੰਘ ਜੀ ਨੂੰ ਛੁਡਾ ਕੇ ਲਿਆਏ, ਕਿਉਂਕਿ ਲੋੜ ਸੀ ਅਰੇ ਜਰਨੈਲਾਂ ਦੀ। ਤੇ ਜਦੋਂ ਅੰਮ੍ਰਿਤ ਵੇਲਾ ਹੋਇਆ, ਆਸਾ ਦੀ ਵਾਰ ਦਾ ਚੱਲ ਰਿਹਾ ਸੀ ਕੀਰਤਨ, ਤੇ ਜਾ ਕੇ ਕਿਸੇ ਮੇਰੇ ਵਰਗੇ ਸਿੱਖ ਨੇ ਕਹਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ, ਗੁਰੂ ਜੀ ਬਾਹਰ ਤੇ ਹਮਲੇ ਬੜੇ ਹੋ ਰਹੇ, ਸਿੰਘ ਬੜੇ ਸ਼ਹੀਦ ਹੋ ਗਏ ਆ, ਕਹਿੰਦੇ ਤੂੰ ਦੱਸਣ ਆਇਆ, ਤੂੰ ਵੀ ਜਾ ਕੇ ਹੋ ਜਾ, ਕੀ ਫਰਕ ਪੈਂਦਾ? ਆਖੋ ਸਤਨਾਮ, ਕੋਈ ਫਰਕ ਨਹੀਂ ਪੈਂਦਾ। ਮੈਂ ਏਦਾਂ ਦਾ ਰਿਕਾਰਡ ਕਾਇਮ ਕਰ ਚੱਲਿਆ, ਮੈਂ ਏਦਾਂ ਦੀ ਗੱਲ ਕਰ ਚੱਲਿਆ ਕਿ ਸਿੱਖ ਕੌਮ ਦੇ ਉੱਤੇ ਕਿੰਨੀ ਵੀ ਵੱਡੀ ਭਾਰੀ ਪੈ ਜਾਵੇ, ਪਰ ਨਿਤਨੇਮ ਤੇ ਆਸਾ ਦੀ ਵਾਰ ਦਾ ਕੀਰਤਨ ਜਿਹੜਾ ਉਹ ਕਦੇ ਨਹੀਂ ਛੱਡਣਾ। ਇਹ ਉਦੋਂ ਦਾ ਮਹਾਰਾਜ ਜੀ ਨੇ ਸਾਨੂੰ ਸ਼ਬਦ ਕੀਰਤਨ ਦਿੱਤਾ ਆਸਾ ਦੀ ਵਾਰ ਦਾ। ਬਾਹਰ ਜੰਗ ਲੱਗਿਆ, ਬਾਹਰ ਕਾਫਰ ਆਏ ਨੇ, ਪਰ ਨਹੀਂ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕਹਿੰਦੇ ਨਹੀਂ, ਪਹਿਲਾਂ ਆਸਾ ਦੀ ਵਾਰ ਦਾ ਕੀਰਤਨ ਹੋਵੇਗਾ।
ਉਸ ਵੇਲੇ ਬਾਬਾ ਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਜ਼ੋਰਾਵਰ ਫਤਿਹ ਸਿੰਘ ਤੇ ਮਾਤਾ ਗੁਜਰ ਕੌਰ, ਸਾਰਿਆਂ ਨੂੰ ਇਤਿਹਾਸ ਦਾ ਪਤਾ ਹੈ ਕਿ ਸਰਸਾ ਨਦੀ ਦੇ ਕਿਸ ਤਰ੍ਹਾਂ ਵਿਛੋੜਾ ਪਿਆ। ਮੈਂ ਇੱਧਰ ਦੇ ਇਤਿਹਾਸ ਨੂੰ ਨਹੀਂ ਜਾਣਾ। ਉੱਥੇ ਰੰਗਰੇਟਾ ਗੁਰੂ ਕਾ ਬੇਟਾ, ਅਨੋਖੇ ਤੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਨੇ ਆਹੂ ਲਾ ਦਿੱਤੇ ਦੁਸ਼ਮਣਾਂ ਦੇ ਸਰਸਾ ਨਦੀ ਦੇ। ਚਮਕੌਰ ਦੀ ਗੜੀ ਵਿੱਚ ਆ ਗਏ। ਪੰਜ ਪੰਜ ਦਾ ਜਥਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਭੇਜਿਆ। ਸਵਾ ਲਾਖ ਸੇ ਇੱਕ ਲੜਾਊ ਤਥਾ ਗੋਬਿੰਦ ਸਿੰਘ, ਨਾਮ ਕਹਾਊ ਗਿੱਦੜਾਂ ਤੋਂ ਮੈਂ ਸ਼ੇਰ ਬਣਾਊ ਤੇ ਚਿੜੀਆਂ ਤੋਂ ਮੈਂ ਬਾਜ ਤੜਾਊ। ਇਹ ਛੋਟੀ ਜੀ ਗੱਲ ਨਹੀਂ ਸੀ। ਸਵਾ ਸਵਾ ਲੱਖ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੰਜ ਪੰਜ ਦੇ ਸਿੰਘਾਂ ਦਾ ਜਥਾ ਬਣਾ ਕੇ ਭੇਜਿਆ। ਪਰ ਆਖਰ ਦੇ ਵਿੱਚ ਮੈਂ ਸੰਖੇਪ ਵਿੱਚ ਆਵਾਂ, ਜਦੋਂ ਵੇਖਿਆ ਕਿ ਪਿੱਛੇ ਜਥਾ ਹੀ ਇੱਕ ਰਹਿ ਗਿਆ ਤੇ ਗੁਰੂ ਦੇ ਸਿੰਘ ਗੁਰੂ ਦੇ ਖਾਲਸੇ ਕਹਿਣ ਲੱਗੇ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ, ਤੁਸੀਂ ਚਮਕੌਰ ਦੀ ਗੜੀ ਨੂੰ ਛੱਡ ਜਾਓ, ਤੁਸੀਂ ਚਮਕੌਰ ਦੀ ਗੜੀ ਨੂੰ ਛੱਡ ਜਾਓ। ਮਹਾਰਾਜ ਕਹਿੰਦੇ ਏਦਾਂ ਨਹੀਂ ਹੁੰਦਾ, ਏਦਾਂ ਨਹੀਂ ਕਦੇ ਹੋ ਸਕਦਾ। ਇਹ ਲੋਕ ਕਹਿਣਗੇ ਸਿੱਖਾਂ ਦਾ ਗੁਰੂ ਸੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੇ ਮੈਦਾਨ ਛੱਡ ਕੇ ਭੱਜ ਗਿਆ, ਉਹ ਡਰਦਾ ਭੱਜ ਗਿਆ, ਇਹ ਕਦੇ ਨਹੀਂ ਹੋ ਸਕਦਾ, ਮੈਂ ਨਹੀਂ ਜਾ ਸਕਦਾ, ਮੈਂ ਨਹੀਂ ਜਾਣਾ। ਮਹਾਰਾਜ ਜੀ ਨੇ ਮਨਾ ਕਰ ਦਿੱਤਾ। ਉਹਨਾਂ ਨੇ ਵਿਉਂਤ ਬਣਾਈ, ਕਹਿਣ ਲੱਗੇ ਵੀ ਤੁਸੀਂ ਆਪ ਹੀ ਕਿਹਾ ਸੀ ਵੀ ਪੰਜ ਸਿੰਘ ਜੋ ਫੈਸਲਾ ਲੈਣਗੇ। ਪੰਜ ਸਿੰਘਾਂ ਨੇ ਫੈਸਲਾ ਲਿਆ, ਜਿਹਦੇ ਵਿੱਚ ਬਾਬਾ ਜੀਵਨ ਸਿੰਘ ਜੀ ਵੀ ਸੀ, ਭਾਈ ਸੰਗਤ ਸਿੰਘ ਵੀ ਸੀ, ਭਾਈ ਸੰਤ ਸਿੰਘ ਜੀ ਵੀ ਹੈਗੇ ਸੀ। ਇਹਨਾਂ ਪੰਜਾਂ ਸਿੰਘਾਂ ਨੇ ਜਦੋਂ ਫੈਸਲਾ ਲਿਆ, ਮਹਾਰਾਜ ਸੱਚੇ ਪਾਤਸ਼ਾਹ ਜੀ, ਤੁਸੀਂ ਤੇ ਆਪ ਕਹਿੰਦੇ ਸੀ ਵੀ ਜੋ ਪੰਜ ਸਿੰਘ ਕਹਿਣਗੇ ਉਹ ਮਨਜ਼ੂਰ ਹੈ। ਅਸੀਂ ਅੱਜ ਪੰਜ ਸਿੰਘ ਇਕੱਠੇ ਹੋ ਕੇ ਆਪ ਜੀ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ, ਤੁਸੀਂ ਚਮਕੌਰ ਦੀ ਗੜੀ ਛੱਡ ਜਾਓ, ਤੁਸੀਂ ਤੇ ਮਿੱਟੀ ਦੇ ਡਲਿਆਂ ਦੇ ਵਿੱਚ ਵੀ ਜਾਨ ਪਾ ਦੋਗੇ, ਸਾਡੀ ਕੋਈ ਗੱਲ ਨਹੀਂ, ਅਸੀਂ ਸ਼ਹੀਦ ਹੋ ਜਾਵਾਂਗੇ। ਆਖੋ ਸਾਥ। ਮਹਾਰਾਜ ਫਿਰ ਕਹਿੰਦੇ ਨਹੀਂ, ਲੋਕੀ ਕਹਿਣਗੇ ਡਰਦਾ ਭੱਜ ਗਿਆ, ਕਹਿੰਦੇ ਨਹੀਂ ਇਹ ਪੰਜਾਂ ਦਾ ਹੁਕਮ ਤੁਹਾਨੂੰ ਮੰਨਣਾ ਪੈਣਾ ਕਿਉਂਕਿ ਪੰਜ ਪਿਆਰੇ ਗਵਾਈ ਕਰਨਗੇ ਕੌਮ ਦੀ, ਤੁਸੀਂ ਆਪ ਹੀ ਕਿਹਾ ਸੀ। ਮਹਾਰਾਜ ਕਹਿੰਦੇ ਫਿਰ ਇੱਕ ਗੱਲ ਸੁਣ ਲਓ, ਜੇ ਮੈਂ ਜਾਣਾ ਹੈ ਨਾ ਚਮਕੌਰ ਦੀ ਗੜੀ ਚੋਂ ਤੇ ਮੈਂ ਫਿਰ ਤਾੜੀ ਮਾਰ ਕੇ ਜਾਣਾ, ਸੁੱਤਿਆਂ ਨੂੰ ਵੀ ਜਗਾ ਕੇ ਜਾਣਾ ਹੈ, ਕੋਈ ਇਹ ਨਾ ਕਹੇ ਵੀ ਚੋਰੀ ਚੋਰੀ ਨਿਕਲ ਗਿਆ। ਮਾਰ ਕਹਿੰਦੇ ਠੀਕ ਹੈ। ਹੁਣ ਕਹਿੰਦੇ ਵੀ ਉਹਨਾਂ ਦਾ ਟੀਚਾ ਇਹ ਹੈ, ਉਹਨਾਂ ਦਾ ਮਿਸ਼ਨ ਇਹ ਹੈ, ਉਹਨਾਂ ਦਾ ਮੁੱਦਾ ਇਹ ਹੈ ਵੀ ਅਸੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਸ਼ਹੀਦ ਕਰਨਾ, ਜਿੰਦੇ ਨੂੰ ਫੜਨਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ, ਤੁਸੀਂ ਫੈਸਲਾ ਲੈ ਦਿੱਤਾ ਤੇ ਮੈਂ ਜਾਣਾ ਆ, ਤਾੜੀ ਮਾਰ ਕੇ ਜਾਊਂਗਾ, ਏਦਾਂ ਨਹੀਂ ਜਾਂਦਾ। ਪਰ ਮੈਂ ਤਾਂ ਆਪ ਜੀ ਨੂੰ ਇੱਕ ਗੱਲ ਦੱਸ ਦਵਾਂ, ਬੀਬੀਆਂ ਤੇ ਭਾਈ ਧਿਆਨ ਦਿਓ ਜਰਾ, ਇਹ ਪੂਰੇ ਇੰਡੀਆ ਵਿੱਚ ਲਾਈਵ ਹੋ ਰਿਹਾ। ਬਹੁਤ ਬਹੁਤ ਧੰਨਵਾਦ ਹੈ ਯੂਕੇ ਟੀਵੀ ਵਾਲਿਆਂ ਦਾ ਜਿਨ੍ਹਾਂ ਨੇ ਇਹ ਲਾਈਵ ਕਰ ਰਹੇ ਨੇ, ਇਹ ਲਾਈਵ ਪ੍ਰੋਗਰਾਮ ਦਿਖਾ ਰਹੇ ਨੇ, ਮੈਂ ਉਹਨਾਂ ਦਾ ਵੀ ਟੀਮ ਦਾ ਧੰਨਵਾਦ ਕਰਦਾ। ਕਹਿੰਦੇ ਫਿਰ ਇਸ ਤਰ੍ਹਾਂ ਦਾ ਭੁਲੇਖਾ ਵੇਖੋ ਪਾਇਆ, ਇਤਿਹਾਸਾਂ ਦੀਆਂ ਕਿਤਾਬਾਂ ਪੜ੍ਹ ਕੇ ਕਿਤੇ ਲਿਖ ਦਿੱਤਾ ਜੀ ਇਹ ਕਲਗੀ ਤੋੜਾ ਜਾਣ ਲੱਗੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਭਾਈ ਸੰਗਤ ਸਿੰਘ ਨੂੰ ਦੇ ਗਏ, ਕਿਤੇ ਭੁਲੇਖਾ ਪਾਤਾ ਜੀ ਇਹ ਭਾਈ ਸੰਤ ਸਿੰਘ ਨੂੰ ਦੇ ਗਏ,
ਕਿਤੇ ਕੋਈ ਭੁਲੇਖਾ ਪਾਤਾ, ਕਿਤੇ ਕੋਈ ਭੁਲੇਖਾ ਪਾਤਾ। ਮੈਂ ਭੁਲੇਖਾ ਦੂਰ ਕਰਨ ਵਾਸਤੇ ਹੀ ਇਹ ਕਥਾ ਕਰ ਰਿਹਾ ਵੀ ਜੇ ਰੰਗ ਰੇਟਾ ਗੁਰੂ ਕਾ ਬੇਟਾ ਛਾਤੀ ਨਾਲ ਲਾ ਕੇ ਕਿਹਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਵੀ ਮੈਂ ਛੋਟਾ ਪੁੱਤ ਆ ਤੇ ਤੂੰ ਵੱਡਾ ਪੁੱਤ ਆ ਬਾਬਾ ਜੀਵਨ ਸਿੰਘ, ਤੇ ਫਿਰ ਦੂਸਰੇ ਦੇ ਸਿਰ ਤੇ ਕਲਗੀ ਤੋੜਾ ਕਿਉਂ ਦੇਣਗੇ? ਕਲਗੀ ਤੋੜਾ ਬਾਬਾ ਜੀਵਨ ਸਿੰਘ ਦੇ ਸਿਰ ਤੇ ਹੀ ਰੱਖਿਆ। ਆਖੋ ਸਤਨਾਮ ਵਾਹਿਗੁਰੂ। ਮੈਨੂੰ ਇਹ ਗੱਲ ਦੱਸ ਦਿਓ ਵੀ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਪਣਾ ਸਹਿਲੀ ਕਲਗੀ ਤੋੜਾ, ਕਰੋੜਾਂ ਦੀ ਕਲਗੀ, ਸਾਰਾ ਪ੍ਰਤਾਪ ਨੂੰ ਦੇ ਕੇ ਗਏ ਹੋਣ ਤੇ ਅੱਜ ਮੇਰੇ ਵਰਗਾ ਉੱਠ ਕੇ ਕਹਿ ਦੇ ਤੇ ਹੈ ਹੀ ਕੁਝ ਨਹੀਂ ਆ। ਸਰਦਾਰੀ ਦੇ ਮਾਲਕ ਕੌਣ ਹੈ ਫਿਰ? ਸਰਦਾਰੀਆਂ ਮਿਲੀਆਂ, ਪੈਸੇ ਨਾਲ ਸਰਦਾਰੀ ਨਹੀਂ ਹੁੰਦੀ, ਜਾਇਦਾਦਾਂ ਨਾਲ ਸਰਦਾਰੀ ਨਹੀਂ ਹੁੰਦੀ, ਧਨ ਦੌਲਤਾਂ ਸ਼ੌਹਰਤਾਂ ਨਾਲ ਸਰਦਾਰੀ ਨਹੀਂ ਹੁੰਦੀ। ਸਰਦਾਰੀ ਉਹ ਹੁੰਦੀ ਹੈ ਜਿਹੜੀ ਸਾਹਮਣੇ ਦਿਖਦੀ ਹੈ ਤੇ ਕੌਮ ਦੀ ਖਾਤਰ ਤੇ ਦੇਸ਼ ਦੀ ਖਾਤਰ ਖੂਨ ਵਹਾਉਂਦਾ ਹੈ। ਜਿੱਥੇ ਡੁੱਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ। ਏਦਾਂ ਨਹੀਂ ਹੈ, ਤਕਦੀਰਾਂ ਬਦਲਦੀਆਂ, ਖੂਨ ਡੋਲਣਾ ਪੈਂਦਾ। ਆ ਕਹਿਣ ਵਾਲੇ ਜਿਹੜਾ ਮਰਜ਼ੀ ਕੋਈ ਗੱਲ ਕਹਿ ਜੇ। ਮੈਂ ਇੱਕ ਦਿਨ ਇੱਕ ਪ੍ਰੈਸ ਰਿਪੋਰਟਰ ਨੂੰ ਫੜਿਆ ਬਟਾਲੇ ਦਾ ਸੀ, ਕਹਿੰਦਾ ਜੀ ਵਾਲਮੀਕ ਮਜ਼ਹਬੀ ਸਿੱਖ, ਮਜ਼ਹਬੀ ਸਿੱਖ। ਮੈਂ ਗੱਡੀ ਲਈ, ਮੈਂ ਸਿੱਧਾ ਹੀ ਚੱਲ ਗਿਆ ਵੀ ਖਬਰ ਇਕਾਈ ਕਿੰਨੇ ਹੈ। ਇਹਦੇ 'ਚ ਗੱਲ ਕ੍ਰੋਧ ਦੀ ਨਹੀਂ, ਮੈਂ ਗੱਲ ਰੰਗਰੇਟਾ ਜਾਗਰੂਕਤਾ ਸਮਾਗਮ ਦੀ ਕਰ ਰਿਹਾ, ਬਾਬਾ ਜੀਵਨ ਸਿੰਘ ਦੇ ਖਿਤਾਬਾਂ ਦੀ ਗੱਲ ਕਰ ਰਿਹਾ। ਮੈਂ ਕਿਹਾ ਵੀ ਮੈਨੂੰ ਇਹ ਦੱਸ ਵੀ ਤੂੰ ਪੜ੍ਹਿਆ ਕਿੰਨਾ? ਪੜ੍ਹਿਆ ਹੋਏਗਾ 12, ਪੜ੍ਹਿਆ ਹੋਏਗਾ BA? ਉਹ ਮੈਂ ਆਖਿਆ ਜਿੰਨਾ ਤੇਰਾ ਸਾਰਾ ਪਰਿਵਾਰ ਪੜ੍ਹਿਆ, ਮੈਂ ਕਿਹਾ ਉਨਾ ਮੈਂ ਪੜ੍ਹਿਆ ਆ। ਪਰ ਮੈਂ ਤੇਰੀ ਇਹ ਗੱਲ ਸੁਣ ਕੇ ਹੈਰਾਨ ਆ, ਤੂੰ ਕਹਿਤਾ ਵਾਲਮੀਕ ਮਜ਼ਹਬੀ ਸਿੱਖ, ਇਹ ਕਿੱਥੇ ਆ ਗਿਆ ਜੀ? ਮੈਂ ਪਹਿਲਾਂ ਦੱਸਿਆ ਵਾਲਮੀਕ ਜੀ ਨੂੰ ਮੰਨਣ ਵਾਲੇ ਵਾਲਮੀਕੀਏ, ਧਰਮ ਦੀ ਨਿਰਪੇਕਸ਼ਾ ਦੀ ਮੈਂ ਕੰਟਰੋਵਰਸੀ ਦੀ ਗੱਲ ਨਹੀਂ ਕਰਦਾ। ਭਗਤ ਰਵਿਦਾਸ ਜੀ ਨੂੰ ਮੰਨਣ ਵਾਲੇ ਰਵਿਦਾਸੀਏ ਸਿੱਖ, ਵਾਲਮੀਕ ਜੀ ਨੂੰ ਮੰਨਣ ਵਾਲੇ ਵਾਲਮੀਕ ਸਿੱਖ, ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਮਜ਼ਹਬੀ ਸਿੱਖ, ਤੂੰ ਕਿੱਧਰੋਂ ਵਿੱਚ ਵੜਤੇ? ਮੈਂ ਤੇਰੇ ਉੱਤੇ 295 ਦੀ ਕਾਰਵਾਈ ਕਰੂੰਗਾ। ਅਗਲੀ ਵਾਰ ਨੂੰ ਮੈਂ ਖਬਰ ਲੱਗਦੀ ਦੇਖ ਲਈ ਨਾ ਤੇ ਮੇਰਾ ਨਾਂ ਨੋਟ ਕਰ ਲੈ, ਕੈਪਟਨ ਦਿਆਲ ਸਿੰਘ ਕਰਕੇ, ਮੈਂ ਤੈਨੂੰ ਫੜ ਲੈਣਾ ਹੈ। ਉਹ MAZBI ਨਾਲ ਨਹੀਂ ਜੇ ਬਣਦਾ, ਬੱਚੇ ਪੜ੍ਹੇ ਲਿਖੇ ਬੈਠੇ, MAZHBI ਬਣਦਾ, ਕਿਉਂਕਿ ਇਹ ਮਜ਼ਹਬ ਕੌਮ ਹੈ, ਮਜ਼ਹਬ ਦੀ ਪੱਕੀ ਕੌਮ ਹੈ, ਕੌਮ ਦੀ ਖਾਤਰ ਤੇ ਧਰਮ ਤੇ ਮਰਨ ਵਾਲੀ ਕੌਮ ਹੈ। ਐਵੇਂ ਕਿਸੇ ਨੂੰ ਏਦਾਂ ਨਾ ਕਹਿ ਦਿਓ। ਇਹ ਵੀ ਮੈਂ ਦੱਸ ਦਵਾਂ, ਕਿਸੇ ਨੂੰ ਆਵਾਜ਼ ਮਾਰ ਲਏ ਇੱਦਾਂ ਹੀ ਕਹਿ ਕੇ ਮਜ਼ਹਬੀ ਇਕੱਲਾ ਹੀ, ਉਹਦੇ ਤੇ ਵੀ ਧਾਰਾ ਲੱਗਦੀ ਜੇ। ਇਹੀ ਇੱਕ ਕੌਮ ਹੈ ਜਿਹਨੂੰ ਮਜ਼ਹਬੀ ਸਿੰਘ ਕਹਿ ਕੇ ਬੁਲਾ ਸਕਦੇ ਹੈ, ਇਹੀ ਇੱਕ ਕੌਮ ਜਿਹਨੂੰ ਮਜ਼ਹਬੀ ਸਿੱਖ ਕਹਿ ਕੇ ਬੁਲਾ ਸਕਦੇ। ਬਾਕੀਆਂ ਦੀ ਮੈਂ ਗੱਲ ਨਹੀਂ ਕਰਦਾ, ਕੰਟਰੋਵਰਸੀ ਦੀ ਗੱਲ ਨਹੀਂ ਮੈਂ ਕਰਦਾ। ਪਰ ਨਹੀਂ, ਜਿਹੜੀ ਵਰਸਾਈ ਹੋਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੋਂ ਕੌਮ ਹੈ, ਉਹਨੂੰ ਤੁਸੀਂ ਫਿੱਕੇ ਲਫ਼ਜ਼ਾਂ ਦੇ ਵਿੱਚ ਬੁਲਾਵੋਗੇ, ਫਿੱਕੇ ਲਫ਼ਜ਼ਾਂ 'ਚ ਤੁਸੀਂ ਸੁਣ ਲਓਗੇ ਤੇ ਬਹੁਤ ਵੱਡੀ ਤੇ ਗਲਤੀ ਹੈ ਤੁਹਾਡੀ। ਜਦੋਂ ਚਮਕੌਰ ਦੀ ਗੜੀ 'ਚੋਂ ਨਿਕਲ ਗਏ, ਤਾਨਾ ਮਾਰਿਆ ਮਾਤਾ ਭਾਗ ਕੌਰ ਨੇ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਖਦਰਾਣੇ ਦੀ ਢਾਬ ਤੇ ਪਹੁੰਚੇ ਹੈ, ਜੰਗ ਲੜ ਰਹੇ ਨੇ,
ਪਰ ਇਹਨਾਂ ਨੇ ਦੱਸਿਆ ਨਹੀਂ ਭਾਈ ਮਹਾਂ ਸਿੰਘ ਹੋਣਾ ਨੇ ਵੀ ਅਸੀਂ ਵੀ ਅੱਗੇ ਆ ਗਏ ਹਾਂ। ਇਹ ਗੱਲ ਬੜੇ ਟਿਕਾਣੇ ਦੀ ਆ, ਹੁਣ ਧਿਆਨ ਦਿਓ ਜਰਾ ਦੂਜਾ ਖਿਤਾਬ ਕਿੱਦਾਂ ਮਿਲਿਆ। ਰੰਗਰੇਟਾ ਗੁਰੂ ਕਾ ਬੇਟਾ ਪਤਾ ਲੱਗ ਗਿਆ। ਹੁਣ ਆ ਜਾਓ ਫਿਰ ਅਗਲੇ ਖਿਤਾਬ ਤੇ। ਖਦਰਾਣੇ ਦੀ ਢਾਬ ਤੇ ਜੰਗ ਲੜਿਆ, ਖਦਰਾਣੇ ਦੀ ਢਾਬ ਤੇ ਬੈਠੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਜੰਗ ਵੇਖਦੇ ਆ, ਵੱਧ ਵੱਧ ਕੇ ਸੂਰਮੇ ਲੜਦੇ ਆ। ਤੇ ਜਦੋਂ ਜੰਗ ਦੀ ਸਮਾਪਤੀ ਹੋਈ ਨਾ, ਤੇ ਮਹਾਰਾਜ ਜੀ ਨੇ ਜਾ ਕੇ ਵੇਖਿਆ ਵੀ ਆਹ ਜਿਹੜੇ ਮੋਰਚਿਆਂ ਵਿੱਚ ਸਿੰਘ ਨੇ ਦਸ ਦਸ ਕਦਮ ਹੋ ਕੇ ਅੱਗੇ ਲੜੇ ਆ, ਵੀਹ ਵੀਹ ਕਦਮ ਹੋ ਕੇ ਅੱਗੇ ਲੜੇ ਆ, ਤੀਹ ਤੀਹ ਕਦਮ ਅੱਗੇ ਹੋ ਕੇ ਲੜੇ ਆ, ਇਹ ਤੇ ਮੇਰੇ ਉਹ ਸਿੰਘ ਨੇ ਜਿਹੜੇ ਮੈਨੂੰ ਬਦਾਵਾ ਲਿਖ ਕੇ ਦੇ ਕੇ ਆਏ ਸੀ, ਇਹ ਤੇ ਉਹ ਸਿੰਘ ਹੈ। ਪਰ ਵੇਖ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਜਿਹੜਾ ਦਸ ਕਦਮ ਮੋਰਚੇ ਤੋਂ ਅੱਗੇ ਹੋ ਕੇ ਲੜਿਆ, ਉਹਨੂੰ ਆਪਣਾ ਦਸ ਹਜ਼ਾਰੀਆ ਸਿੱਖ ਕਹਿੰਦੇ ਨੇ, ਦਸ ਹਜ਼ਾਰੀਆ ਸਿੰਘ ਕਹਿੰਦੇ ਨੇ। ਜਿਹੜਾ ਵੀਹ ਕਦਮ ਅੱਗੇ ਲੜਿਆ ਉਹਨੂੰ ਵੀਹ ਹਜ਼ਾਰੀਆ ਸਿੱਖ ਤੇ ਸਿੰਘ ਕਹਿੰਦੇ ਨੇ, ਤੇ ਜਿਹੜਾ ਤੀਹ ਹਜ਼ਾਰ ਕਦਮ ਅੱਗੇ ਹੋ ਕੇ ਲੜਿਆ ਤੀਹ ਕਦਮ ਉਹਨੂੰ ਤੀਹ ਹਜ਼ਾਰੀਆ ਸਿੱਖ ਤੇ ਸਿੰਘ ਕਹਿੰਦੇ ਨੇ, ਤੀਹ ਹਜ਼ਾਰੀਆ। ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਜੀ ਨਾਲ ਸੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ। ਜਦੋਂ ਖਿਤਾਬ ਦੇ ਰਹੇ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ, ਤੇ ਉਸ ਵੇਲੇ ਬਾਬਾ ਜੀਵਨ ਸਿੰਘ ਜੀ ਕਹਿਣ ਲੱਗੇ, ਮਹਾਰਾਜ ਸੱਚੇ ਪਾਤਸ਼ਾਹ ਜੀ, ਇਹ ਤਾਂ ਦਸ ਦਸ ਕਦਮ ਹੋ ਕੇ ਲੜੇ, ਵੀਹ ਵੀਹ ਕਦਮ ਹੋ ਕੇ ਅੱਗੇ ਲੜੇ ਹੈ, ਇਹਨਾਂ ਨੂੰ ਤੁਸੀਂ ਏਡੇ ਏਡੇ ਵੱਡੇ ਖਿਤਾਬ ਦੇ ਤੇ, ਤੇ ਸਾਨੂੰ ਕੋਈ ਖਿਤਾਬ ਹੀ ਨਹੀਂ ਦਿੱਤਾ, ਅਸੀਂ ਕਿਹੜੇ ਸਿੱਖਾਂ 'ਚ ਆਉਂਦੇ ਹਾਂ, ਇਹ ਤੇ ਦਸ ਹਜ਼ਾਰੀਆ ਸਿੱਖ, ਵੀਹ ਹਜ਼ਾਰੀਆ ਸਿੱਖ, ਤੀਹ ਹਜ਼ਾਰੀਆ ਸਿੱਖ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਤੁਹਾਡਾ ਤੇ ਮੁੱਲ ਹੀ ਕੋਈ ਨਹੀਂ ਦੇ ਸਕਦਾ, ਅੱਜ ਤੋਂ ਤੁਸੀਂ ਮਜ਼ਬਹੀ ਸਿੱਖ ਜੇ, ਕੌਮੀ ਸਿੱਖ ਜੇ। ਐਦਾਂ ਖਿਤਾਬ ਮਿਲੇ ਆ, ਦੱਸੋ ਮੈਨੂੰ ਇਹ ਚਣੇ ਦੇ ਕੇ ਮਿਲੇ ਆ, ਮੂੰਗਫਲੀ ਦੇ ਰੇਟ ਤੇ ਮਿਲੇ ਆ, ਇਹ ਸੀਸ ਦੇ ਕੇ ਮਿਲੇ ਆ, ਇਹ ਖੂਨ ਵਹਾ ਕੇ ਮਿਲੇ ਆ, ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੱਕ ਇਹ ਕੌਮ ਲੜੀ ਹੈ, ਤਾਂ ਜਾ ਕੇ ਖਿਤਾਬ ਮਿਲੇ। ਰੰਗਰੇਟਾ ਸਿੱਖ ਤੇ ਮਜ਼ਬੀ ਸਿੱਖ, ਇਹ ਖਿਤਾਬ ਇਸ ਤਰ੍ਹਾਂ ਮਿਲੇ ਨੇ। ਪਰ ਸਾਨੂੰ ਭੁਲੇਖਿਆਂ ਦੇ ਵਿੱਚ ਪਾਉਣ ਵਾਲੇ ਬਹੁਤ। ਇਹ ਖਿਤਾਬਾਂ ਦੀ ਮੈਂ ਗੱਲ ਦੋਵਾਂ ਦੀ ਕੀਤੀ ਹੈ, ਰੰਗਰੇਟਾ ਗੁਰੂ ਕਾ ਬੇਟਾ ਤੇ ਮਜ਼ਬੀ ਸਿੱਖ ਦਾ ਖਿਤਾਬ, ਤੇ ਕੌਮੀ ਖਿਤਾਬ ਜਿਹੜਾ ਜਿਹਨੂੰ ਮਿਲਿਆ ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ। ਵਰਸਾਈ ਹੋਈ ਕੌਮ ਹੈ, ਆਪਣੇ ਬੱਚਿਆਂ ਨੂੰ ਚੰਗੀ ਐਜੂਕੇਸ਼ਨ ਦਿਓ, ਚੰਗਾ ਪੜ੍ਹਾਓ। ਗੁਰਬਾਣੀ 'ਚ ਲਿਖਿਆ ਨਾ, ਵਾਇਣ ਚੇਲੇ ਨੱਚਣ ਗੁਰ, ਪੈਰ ਹਰਾਇਣ ਫੇਰ ਨਸਿਰ। ਤੇ ਗੁਰੂ ਜਿਨ੍ਹਾਂ ਦੇ ਨੱਚਣ ਕੁੱਦਣ ਚੇਲੇ ਜਾਣ ਛੜੱਪ, ਤੁਸੀਂ ਕਈਆਂ ਨੂੰ ਵੇਖਦੇ ਹੀ ਹੋ ਸਟੇਜਾਂ ਦੇ ਉੱਤੇ ਭੰਗੜੇ ਪਾਉਂਦੇ ਹੈ, ਉਹ ਜਿਹੜੇ ਗੁਰੂ ਬਣੇ ਉਹ ਵੀ ਨੱਚਦੇ ਹੈ, ਉਹ ਪਹਿਲਾਂ ਹੀ ਕਹਿਤਾ ਵਾਇਣ ਚੇਲੇ ਨੱਚਣ ਗੁਰ, ਉਹ ਤਾੜੀਆਂ ਮਾਰਨਗੇ ਤੇ ਗੁਰੂ ਨੇ ਇਹਨਾਂ ਦੇ ਨੱਚਣਗੇ, ਜਿਹੜੇ ਆਪਣੇ ਆਪ ਨੂੰ ਗੁਰੂ ਕਹਾਉਂਦੇ ਆ। ਪਰ ਸਿੱਖ ਲਈ ਇਹ ਚੀਜ਼ਾਂ ਵਰਜਿਤ ਨੇ। ਜੇ ਹਿੰਦੂ ਧਰਮ ਪਰਿਵਰਤਨ ਹੋ ਰਿਹਾ ਸੀ ਇਸਲਾਮ ਧਰਮ ਦੇ ਵਿੱਚ, ਤੇ ਉਸ ਵੇਲੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆਪਣਾ ਸੀਸ ਦੇ ਕੇ ਤੇ ਬਾਬਾ ਜੀਵਨ ਸਿੰਘ ਜੀ ਨੇ ਉਸ ਧਰਮ ਨੂੰ ਬਚਾਇਆ ਸੀ, ਤੇ ਅੱਜ ਇਹ ਕੌਮ ਨੂੰ ਕੀ ਹੋ ਗਿਆ, ਅੱਜ ਇਹ ਰੰਗਰੇਟਾ ਕੌਮ ਨੂੰ ਕੀ ਹੋ ਗਿਆ, ਅੱਜ ਇਹ ਮਜ਼ਬੀ ਸਿੱਖ ਕੌਮ ਨੂੰ ਕੀ ਹੋ ਗਿਆ, ਕਿਉਂ ਥਾਂ ਥਾਂ ਤੇ ਜਾਣਾ ਪੈਂਦਾ ਸਾਨੂੰ। ਮੈਂ ਬੜੇ ਵੇਖਦਾ, ਜ਼ਿਲ੍ਹਾ ਗੁਰਦਾਸਪੁਰ ਤੇ ਅੰਮ੍ਰਿਤਸਰ ਦੇ ਵਿੱਚ ਮੈਂ ਘੁੰਮਦਾ ਰਹਿੰਦਾ, ਮੈਂ ਬੜੇ ਪਰਿਵਾਰ ਵੇਖਦਾ ਜਿਹੜੇ ਧਰਮ ਪਰਿਵਰਤਨ ਕਰ ਗਏ ਨੇ।
ਲਾਲਚਾਂ ਦੇ ਪਿੱਛੇ ਲੋਕ ਲੱਗ ਗਏ। ਸਾਡੇ ਗੁਰੂ ਨਾਨਕ ਦੇਵ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੱਕ ਸਾਡੇ ਦਸਾਂ ਗੁਰੂਆਂ ਨੇ ਇਸ ਧਰਤੀ ਤੇ ਜਨਮ ਲਿਆ। ਸਾਨੂੰ ਫੇਰ ਸਬਰ ਨਹੀਂ ਆਇਆ, ਸਾਨੂੰ ਸੰਤੋਖ ਨਹੀਂ ਮਿਲਿਆ। ਜੇ ਸਾਡੀਆਂ ਇਛਾਵਾਂ ਗੁਰੂ ਨਾਨਕ ਦੇਵ ਪਾਤਸ਼ਾਹ ਤੋਂ ਲੈ ਕੇ ਤੇ ਸਾਡੇ ਗੁਰੂ ਗ੍ਰੰਥ ਸਾਹਿਬ ਤੱਕ ਨਹੀਂ ਪੂਰੀਆਂ ਹੋਈਆਂ ਤੇ ਜਿੱਥੇ ਮਰਜ਼ੀ ਕੋਈ ਡੇਰਿਆਂ ਤੇ ਚਲਾ ਜਾਵੇ, ਮੜੀਆਂ ਸਮਾਧਾਂ ਤੇ ਚਲਾ ਜਾਵੇ, ਪੀਰਾਂ ਦੇ ਚਲਾ ਜਾਵੇ ਜਾਂ ਧਰਮ ਪਰਿਵਰਤਨ ਕਰਨ ਵਾਲਿਆਂ ਦੇ ਕੋਲ ਚਲਾ ਜਾਵੇ, ਉਹ ਤੁਹਾਡੀਆਂ ਖੁਆਇਸ਼ਾਂ ਪੂਰੀਆਂ ਨਹੀਂ ਕਰ ਸਕਦਾ। ਕਿਉਂ? ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬਹੂ ਝੂਰੀ ਹੈ। ਇਹ ਜਿਹੜੇ ਕੌਮੀ ਖਿਤਾਬ ਤੇ ਇਹ ਸਾਨੂੰ ਮਿਲੇ ਹੈ, ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਵਰਸਾਈ ਹੋਈ ਕੌਮ ਹੈ ਤੇ ਅੱਗੇ ਤੋਂ ਮੈਂ ਤੁਹਾਡੇ ਕੋਲ ਹੀ ਹਾਂ, ਮੈਂ ਤੁਹਾਡੇ ਪਰਿਵਾਰ ਦਾ ਮੈਂਬਰ ਹੈ। ਮੈਨੂੰ ਕਦੇ ਨਾ ਸਮਝਿਓ ਮੈਂ 2-3 ਵਾਰੀ ਫੇਰਾ ਮਾਰ ਗਿਆ, ਮੈਂ ਇਸ ਤਰ੍ਹਾਂ ਹੀ ਆਉਂਦੇ ਰਹਿਣਾ। ਜੇ ਆਪ ਜੀ ਦਾ ਪਿਆਰ ਇੱਦਾਂ ਬਣਿਆ ਤੇ ਬੱਚਿਆਂ ਨੂੰ ਜਾਗਰੂਕਤਾ ਦੇਣੀ ਹੈ, ਅਸੀਂ ਛੋਟੇ ਛੋਟੇ ਰੰਗਰੇਟਾਂ ਜਾਗਰੂਕਤਾ ਨੁੱਕਰ ਮੀਟਿੰਗਾਂ ਉਹ ਕਰ ਕਰਕੇ ਅਸੀਂ ਆਪਣੇ ਬੱਚਿਆਂ ਨੂੰ ਅੱਗੇ ਵਧਾਵਾਂਗੇ। ਜਿਹੜੇ ਆਪਣੇ ਵਿੱਚ ਲਿਆਉਣਾ ਚਾਹੁੰਦੇ ਹੈ ਉਹ ਕੋਈ ਬੜੇ ਬੜੇ ਵੱਡੇ ਲੰਗਰਾਂ ਦਾ ਪ੍ਰਬੰਧ ਨਹੀਂ ਕਰਦੇ, ਉਹ ਬੜੇ ਬੜੇ ਵੱਡੇ ਟੀ ਸਟਾਲ ਨਹੀਂ ਲਾਉਂਦੇ, ਉਹ ਬੜੇ ਬੜੇ ਵੱਡੇ ਪੰਡਾਲ ਨਹੀਂ ਲਾਉਂਦੇ, ਉਹ ਸਿਰਫ ਛੋਟਾ ਜਿਹਾ ਪੰਡਾਲ ਲਾ ਕੇ ਉਹਨਾਂ ਨੂੰ ਕੁਰਸੀਆਂ ਤੇ ਲਾਗੂ ਹੈ, ਕੁਰਸੀਆਂ ਤੇ ਬਹਿ ਕੇ ਆਪਣੇ ਧਰਮ ਦਾ ਪ੍ਰਚਾਰ ਕਰਦੇ ਹੈ। ਸਾਡੇ ਤੇ ਇੱਕ ਇੱਕ ਲਾਹੌਰ ਤੋਂ ਲੈ ਕੇ ਦਿੱਲੀ ਤੱਕ ਇੰਚ ਇੰਚ ਤੱਕ ਸਾਡਾ ਖੂਨ ਡੁੱਲਿਆ ਤੇ ਜਿਹਦੇ ਇੱਕ ਨੇ ਕਿਸੇ ਨੇ ਖੂਨ ਡੁੱਲਿਆ ਤੇ ਉਹਨਾਂ ਦੇ ਪਿੱਛੇ ਲੋਕ ਭੱਜੇ ਫਿਰਦੇ ਆ, ਉਹ ਮੇਰੇ ਪਰਿਵਾਰ ਹੀ ਭੱਜੇ ਫਿਰਦੇ ਆ। ਜੇ ਇੱਥੋਂ ਸਬਰ ਨਹੀਂ ਆਇਆ ਤੇ ਉੱਥੋਂ ਵੀ ਨਹੀਂ।